ਹੁਣ ਗੁਰਬਾਣੀ ਕੀ ਕਹਿ ਰਹੀ, ਗੁਰੂ ਸਾਹਿਬ ਕਹਿ ਰਿਹਾ ਵੀ ਨਹੀਂ, ਇਹ ਇਹ ਐਨਲਾਈਟਨਮੈਂਟ ਦੀ ਨਿਸ਼ਾਨੀ ਨੇ। ਜਦੋਂ ਐਨਲਾਈਟਨ ਹੋ ਨਾ ਥੋੜ੍ਹਾ ਜਿਹਾ, ਆਪਣੇ ਮੈਂਟਲ ਲੈਵਲ ਨੂੰ ਥੋੜ੍ਹਾ ਹਾਇਰ ਕਰਕੇ ਦੇਖੋਗੇ ਤਾਂ ਫਿਰ ਇਹ ਖੂਬਸੂਰਤ ਪੰਕਤੀ ਨਜ਼ਰ ਆਏਗੀ, ਮੇਰੇ ਪ੍ਰਭ ਸੱਚੈ ਇੱਕ ਖੇਲ ਰਚਾਇਆ। ਇਹ ਦੁਨੀਆਂ ਨੂੰ ਕਿਵੇਂ ਦੇਖਣਾ? ਕਹਿੰਦੇ ਮੇਰੇ ਪ੍ਰਭੂ ਸੱਚੇ ਨੇ ਨਾ ਇੱਕ ਖੇਲ ਬਣਾਇਆ। ਕੀ ਖੇਡ ਹੈ ਜੀ, ਇਹਦੀ ਕੀ ਖੂਬਸੂਰਤੀ ਹੈ? ਪੇਜ ਨੰਬਰ 1056 ਅਤੇ ਉਹ ਕਹਿੰਦੇ ਮੇਰੇ ਪ੍ਰਭ ਸੱਚੈ ਇੱਕ ਖੇਲ ਰਚਾਇਆ, ਕੀ ਕਿ ਕੋਈ ਨਾ ਕਿਸ ਹੀ ਜਿਹਾ ਉਪਾਇਆ। ਇਹ ਹੁਣ ਖੇਲ ਕਿਹਦਾ ਹੈ? ਪ੍ਰਭੂ ਦਾ, ਜਿਸ ਨੂੰ ਮੈਂ ਮੰਨਦਾ ਹਾਂ ਐਂਡ ਤੁਸੀਂ ਸਾਰੇ ਮੰਨਦੇ ਹੋ। ਇਜ਼ਨਟ ਇਟ, ਵੀ ਆਲ ਸੇ, ਵੀ ਆਲ ਕਲੇਮ, ਵੀ ਬਿਲੀਵ ਇਨ ਗੋਡ, ਐਂਡ ਇਫ ਯੂ ਬਿਲੀਵ ਇਨ ਗੋਡ, ਅਤੇ ਗੁਰਬਾਣੀ ਸਾਨੂੰ ਗੁਰੂ ਸਾਹਿਬ ਕੋਲ, ਸਾਨੂੰ ਨਹੀਂ ਪਤਾ ਲੱਗ ਰਿਹਾ, ਗੁਰੂ ਸਾਹਿਬ ਦੱਸ ਰਿਹਾ ਵੀ ਉਸੇ ਹੀ ਗੋਡ ਨੇ ਜਿਸ ਨੂੰ ਤੁਸੀਂ ਮੰਨਦੇ ਹੋ, ਜਿਹਦੀ ਪੂਜਾ ਕਰਦੇ ਹੋ, ਜਿਹਨੂੰ ਮੱਥਾ ਟੇਕਦੇ ਹੋ, ਉਹਨੇ ਦੁਨੀਆ ਇਸ ਤਰ੍ਹਾਂ ਦੀ ਬਣਾਈ, ਕਿਸ ਤਰ੍ਹਾਂ ਦੀ, ਕਿ ਕੋਈ ਵੀ ਦੂਜੇ ਵਰਗਾ ਨਹੀਂ ਹੈਗਾ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਐਂਡ ਯੂ ਕੈਨ ਲੁੱਕ ਐਟ ਦੈਟ, ਲਿਖੋ ਚਾਰ ਚੁਫੇਰੇ, ਤੁਸੀਂ ਆਪਣੇ ਵੱਲ, ਤੁਹਾਡੇ ਪੇਰੈਂਟ, ਤੁਹਾਡੀ ਸਪਾਊਸ, ਤੁਹਾਡੇ ਚਿਲਡਰਨ, ਬੱਚੇ, ਦੋ ਬੱਚੇ ਨੇ ਤੁਹਾਡੇ ਤੋਂ ਹੀ ਜੰਮੇ ਨੇ, ਪਰ ਸਮਟਾਈਮਸ ਟੋਟਲੀ ਡਿਫਰੈਂਟ, ਤੁਹਾਡੇ ਭੈਣ ਭਰਾ, ਕੀ ਸਭ ਦੇ ਨੇਚਰ ਸੁਭਾਅ ਮਿਲਦੇ ਨੇ? ਨਹੀਂ ਨਹੀਂ ਨਹੀਂ। ਹੁਣ ਇਹ ਕਿਹਨੇ ਬਣਾਇਆ? ਮੈਂ ਬਣਾਇਆ? ਨਾ ਨਾ, ਇਹ ਕਿਸੇ ਕੰਟਰੀ ਨੇ ਬਣਾਇਆ, ਕਿਸੇ ਧਰਮ ਨੇ ਬਣਾਇਆ? ਨਹੀਂ ਨਹੀਂ, ਉਹ ਆਉਂਦੇ ਅਤੇ ਪਰਮਾਤਮਾ ਨੇ ਇਸ ਤਰ੍ਹਾਂ ਹੀ ਬਣਾਇਆ ਹੈ। ਅਤੇ ਜਪਜੀ ਆਉਂਦੀ ਹੈ, ਕਿਵ ਸਚਿਆਰਾ ਹੋਈ ਹੈ, ਕਹਿੰਦੇ ਹੁਕਮ ਰਜਾਈ ਚੱਲਣਾ, ਉਹਦਾ ਹੁਕਮ ਹੈ। ਦੈਟਸ ਹਾਊ ਗੋਡ ਵਾਂਟਸ ਹਿਜ਼ ਨੇਚਰ, ਹਿਜ਼ ਕ੍ਰੀਏਸ਼ਨਸ ਟੂ ਬੀ। ਅਤੇ ਮੈਂ ਕੀ ਚਾਹੁੰਦਾ? ਮੈਂ ਚਾਹੁੰਦਾ ਨਹੀਂ ਨਹੀਂ ਨਹੀਂ, ਇਹ ਸਭ ਨੂੰ ਬਦਲੋ, ਸਭ ਨੂੰ ਇੱਕੋ ਜਿਹੇ ਕਰੋ। ਜੇ ਮੈਂ ਚਿੱਟੀ ਪੱਗ ਲਾਈਕ ਕਰਦਾ ਤਾਂ ਮੈਂ ਚਾਹੁੰਦਾ ਸਭ ਚਿੱਟੀ ਬਣਨ। ਜੇ ਮੈਂ ਬਲੂ ਲਾਈਕ ਕਰਦਾ, ਮੈਂ ਚਾਹੁੰਦਾ ਨਹੀਂ, ਸਭ ਬਲੂ ਹੀ ਅਸਲੀ ਰੰਗ ਹੈ, ਬਲੂ ਹੀ ਹੋਣਾ ਚਾਹੀਦਾ। ਦੈਟਸ ਹਾਊ ਮਾਈ ਥਿੰਕਿੰਗ ਇਜ਼। ਉਹ ਗੁਰਬਾਣੀ ਕਹਿ ਰਹੀ ਨਹੀਂ ਨਹੀਂ, ਜੇਤੇ ਰੰਗ ਨਾਰਾਇਣ ਹੈ। ਕੀ ਹੁਣੀ ਪੰਕਤੀ ਹੈ 12ਵਾਂ ਦੇ ਵਿੱਚ? ਸਭੇ ਰੰਗ ਨਾਰਾਇਣ ਜੇਤੇ ਮਨ ਪਾਵਨ। ਆਲ ਦੀਸ ਕਲਰਸ, ਆਲ ਦੀਸ ਫੇਸਿਸ, ਆਲ ਦੀਸ ਫੋਰਮਸ ਆਰ ਕ੍ਰੀਏਸ਼ਨ ਆਫ ਗੋਡ। ਮੈਂ ਉਸ ਗੋਡ ਨੂੰ ਮੰਨਦਾ, ਉਹ ਗੋਡ ਹੈ। ਸੋ ਗੁਰੂ ਸਾਹਿਬ ਕਹਿ ਰਹੇ, ਪ੍ਰਭ ਮੇਰੇ ਪ੍ਰਭ ਸੱਚ ਹੈ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਉਹਦੇ ਵਿੱਚ ਹੀ ਅੱਗੇ ਪੰਕਤੀ ਆਉਂਦੀ ਹੈ, ਆਪੇ ਫਰਕ ਕਰੇ ਵੇਖ ਵਿਗਸੈ। ਵਾਹ, ਪਰਮਾਤਮਾ ਆਪ ਹੀ ਫਰਕ ਪੈਦਾ ਕਰਦਾ, ਆਪ ਹੀ ਵੱਖਰੇ ਵੱਖਰੇ ਲੋਕ, ਵੱਖੋ ਵੱਖਰੀਆਂ ਜਿਨਸਾਂ, ਵੱਖੋ ਵੱਖਰੀ ਕ੍ਰੀਏਸ਼ਨ ਪੈਦਾ ਕੀਤੀ ਹੋਈ, ਵੱਖੋ ਵੱਖਰੇ ਸੁਭਾਅ ਦਿੱਤੇ ਨੇ। ਦਿਸ ਇਜ਼ ਕ੍ਰੀਏਟਿਡ ਬਾਈ ਹਿਮ। ਐਜ਼ ਅ ਡਿਵੋਟੀ ਆਈ ਐਮ ਸਪੋਜ਼ ਟੂ ਐਕਸੈਪਟ ਇਟ ਐਜ਼ ਇਟ ਇਜ਼ ਨੰਬਰ 1। ਸਭ ਤੋਂ ਪਹਿਲਾਂ ਕਿ ਉਹ ਜਿਵੇਂ ਹੈਗੇ ਨੇ, ਜਿਸ ਤਰ੍ਹਾਂ ਦੇ ਹੈਗੇ ਨੇ, ਉਹਨਾਂ ਦੇ ਕਲਰਸ, ਉਹਨਾਂ ਦੀ ਕ੍ਰੀਡ, ਉਹਨਾਂ ਦੀਆਂ ਰੇਸਿਸ, ਵਟ ਐਵਰ ਇਟ ਇਜ਼, ਉੱਦਾਂ ਹੀ ਉਹਨੂੰ ਐਕਸੈਪਟ ਕਰਨਾ ਆਪਣੇ ਅੰਦਰੋਂ ਕਿ ਪਰਮਾਤਮਾ ਦੀ ਕ੍ਰੀਏਸ਼ਨ ਹੈ। ਇਹ ਧਾਰਮਿਕ ਹੋਣ ਦੀ ਗੁਰੂ ਸਾਹਿਬ ਕਹਿ ਰਹੇ ਵੀ ਇਹ ਨਿਸ਼ਾਨੀ ਹੈ ਅਸਲ ਵਿੱਚ। ਭਗਤ ਕਬੀਰ ਸਾਹਿਬ ਦਾ ਸ਼ਬਦ ਹੈ ਸਾਹਿਬ, ਪੇਜ ਨੰਬਰ 1350, ਵੈਰੀ ਇੰਟਰਸਟਿੰਗ। ਉਹ ਵੀ ਕਹਿੰਦੇ ਆਉਂਦੇ, ਇਹ ਜਿਹੜੀ ਕ੍ਰੀਏਸ਼ਨ ਬਣੀ ਹੈ ਨਾ, ਇਹ ਇੱਕ ਮਿੱਟੀ ਤੋਂ ਬਣੀ ਹੈ ਕਿ ਦੋ ਵੱਖੋ ਵੱਖਰੀਆਂ ਮਿੱਟੀਆਂ ਤੋਂ? ਦੇਖੋ ਇੱਕ ਸਮਝਾਉਣ ਦਾ ਤਰੀਕਾ, ਐਗਜ਼ਾਮਪਲ। ਉਹ ਕਹਿੰਦੇ ਮਾਟੀ ਏਕ, ਇੱਕੋ ਹੀ ਮਿੱਟੀ ਤੋਂ ਬਣੇ ਹੋ, ਜੇ ਸਾਰੇ ਇੱਕੋ ਮਿੱਟੀ ਤੋਂ ਬਣੇ ਹੋ ਤਾਂ ਹੀ ਅੱਗੇ ਜਾ ਕੇ ਆਉਂਦੇ, ਫਿਰ ਕੌਣ ਭਲਾ ਅਤੇ ਕੌਣ ਮੰਦਾ? ਫਿਰ ਤੁਸੀਂ ਆਪਣੇ ਆਪ ਨੂੰ ਚੰਗਾ ਕਿਵੇਂ ਸਮਝ ਰਹੇ ਹੋ? ਸੁਪੀਰੀਅਰ, ਅਤੇ ਦੂਜੇ ਨੂੰ ਇਨਫੀਰੀਅਰ ਕਿਉਂ ਸਮਝ ਰਹੇ ਹੋ? ਵੀ ਤੁਹਾਡੀ ਮਿੱਟੀ ਹੋਰ ਹੈ। ਈਵਨ ਕਬੀਰ ਨੇ ਕਿਹਾ, ਬ੍ਰਾਹਮਣ ਨੂੰ ਯੂ ਨੋ ਕਮੈਂਟ ਕੀਤਾ, ਕ੍ਰਿਟੀਸਾਈਜ਼ ਕੀਤਾ ਕਿ ਤੁਮ ਕਤ ਲੋਹੂ ਹਮ ਕਤ ਸੂਤ, ਵੀ ਤੇਰੇ ਅੰਦਰ ਕੀ ਆਉਂਦੇ ਨੇ ਖੂਨ, ਬਲੱਡ ਆ, ਅਤੇ ਸਾਡੇ ਅੰਦਰ ਕੀ ਆਉਂਦੇ ਨੇ ਪਾਣੀ, ਇਹ ਵੀ ਬਲੱਡ ਆ। ਜੇ ਤੇਰੇ ਅੰਦਰ ਖੂਨ ਆ ਤਾਂ ਸਾਡੇ ਅੰਦਰ ਵੀ ਖੂਨ ਹੀ ਹੈ। ਸੋ ਉਹ ਕਹਿ ਰਹੇ ਵੀ ਮਾਟੀ ਏਕ ਅਨੇਕ ਭਾਂਤ ਕਰ, ਕਿੰਨੇ ਸਾਜੀ, ਸਾਜੀ ਸਾਜਨ ਹਾਰ ਹੈ। ਹੁਣ ਜਦੋਂ ਮੈਨੂੰ ਇਹ ਪਤਾ ਲੱਗਾ, ਮੈਂ ਇਹ ਪੜ੍ਹਦਾ ਵੀ ਉਹਨੇ ਸਾਜੀ ਹੈ, ਉਸਨੇ ਬਣਾਇਆ ਸਾਰਿਆਂ ਨੂੰ ਇਸ ਤਰ੍ਹਾਂ, ਫਿਰ ਇੱਕ ਐਜ਼ ਏ ਡਿਵੋਟੀ ਮੇਰਾ ਰਿਸਪੋਂਸ ਕੀ ਹੋਣਾ ਚਾਹੀਦਾ ਇਸ ਕ੍ਰੀਏਸ਼ਨ ਦੇ ਪ੍ਰਤੀ? ਅੱਗੇ ਆਉਂਦੇ, ਨਹ ਕਛ ਪੋਚ ਮਾਟੀ ਕੇ ਭਾਂਡ ਹੈ, ਨਹ ਕਛ ਪੋਚ ਕੁੰਭਾਰ ਹੈ। ਕੀ ਪਰਮਾਤਮਾ ਦੇ ਵਿੱਚ ਕੋਈ ਕਮੀ ਹੈ? ਨਹੀਂ ਜੀ, ਕੋਈ ਕਮੀ ਨਹੀਂ। ਅਤੇ ਫਿਰ ਉਹਦੀ ਜਿਹੜੀ ਕ੍ਰੀਏਸ਼ਨ ਜਿਹੜੀ ਉਹਨੇ ਆਪ ਬਣਾਈ ਹੈ, ਇਹਦੇ 'ਚ ਵੀ ਕੋਈ ਕਮੀ ਨਹੀਂ। ਇਹਨੂੰ ਇਸ ਤਰ੍ਹਾਂ ਹੀ ਦੇਖਣ ਦੀ ਜਾਚ ਸਿੱਖੋ, ਐਕਸੈਪਟੈਂਸ ਲਿਆਓ। ਟੋਲਰੈਂਸ ਜਿਹੜਾ ਸ਼ਬਦ ਹੈ ਨਾ, ਆਫਕੋਰਸ ਵੀ ਯੂਜ਼ ਇਟ, ਪਰ ਇਹਦੇ ਵਿੱਚ ਕਿਤੇ ਨਾ ਕਿਤੇ ਫਿਰ ਵੀ ਫੋਰਸ ਨਜ਼ਰ ਆਉਂਦਾ ਵੀ ਟੋਲਰੈਂਸ ਦਾ ਮਤਲਬ ਹੈ ਕਿ ਆਈ ਡੋਂਟ ਲਾਈਕ ਯੂ ਬਟ ਸਟਿਲ ਓਕੇ ਆਈ ਕੈਨ ਟੋਲਰੇਟ। ਇਸ ਤੋਂ ਵੀ ਸਾਡੇ ਗੁਰੂਆਂ ਨੂੰ ਅਸੀਂ ਦੇਖਦੇ ਹਾਂ, ਗੁਰੂ ਸਾਹਿਬ ਟੋਲਰੈਂਸ ਤੋਂ ਵੀ ਅੱਗੇ ਦਾ ਇੱਕ ਫਾਰਮੂਲਾ ਲੈ ਕੇ ਚੱਲਦੇ ਨੇ, ਉਹ ਹੈ ਐਕਸੈਪਟੈਂਸ।
ਐਕਸੈਪਟ ਕਰ ਲੈਂਦੇ ਨੇ ਕਿ ਮੈਂ ਐਜ਼ ਇਟ ਇਜ਼, ਜਿਵੇਂ ਤੁਸੀਂ ਹੋ ਨਾ, ਤੁਹਾਨੂੰ ਐਜ਼ ਏ ਹਿਊਮਨ ਬੀਇੰਗ ਪਹਿਲਾਂ ਐਕਸੈਪਟ ਕਰ ਰਿਹਾ ਕਿ ਤੁਸੀਂ ਐਜ਼ ਏ ਹਿਊਮਨ ਮੇਰੇ ਬਰਾਬਰ ਹੋ, ਪਰ ਮੈਂ ਹੁਣ ਦੇਖ ਰਿਹਾ ਕਿ ਤੁਹਾਡੇ ਕੋਲ ਐਜੂਕੇਸ਼ਨ ਲੈਕ ਕਰਦੇ ਹੋ, ਫਾਈਨੈਂਸ਼ੀਅਲ ਲੈਕ ਕਰਦੇ ਹੋ, ਅਦਰਵਾਈਜ਼ ਤੁਹਾਡੀ ਡਿਵੈਲਪਮੈਂਟ ਦੀ ਲੋੜ ਹੈ, ਸੋ ਆਈ ਆਫਰ ਮਾਈ ਹੈਲਪ, ਕਿਉਂਕਿ ਮੈਂ ਚਾਹੁੰਦਾ ਤੁਸੀਂ ਵੀ ਡਿਵੈਲਪ ਕਰੋ, ਤੁਸੀਂ ਵੀ ਐਜੂਕੇਸ਼ਨਲੀ ਅਦਰਵਾਈਜ਼ ਇੰਪਰੂਵਮੈਂਟ ਕਰੋ, ਮੈਂ ਤੁਹਾਨੂੰ ਹੈਲਪ ਕਰਨਾ ਚਾਹੁੰਦਾ, ਬਟ ਦਿਸ ਹੈਲਪ ਇਜ਼ ਥਰੂ ਲਵ, ਥਰੂ ਕੰਪੈਸ਼ਨ, ਨੋਟ ਥਰੂ ਫੋਰਸ। ਇਹ ਨਹੀਂ ਕਿ ਮੈਂ ਤੁਹਾਨੂੰ ਬਿਲਕੁਲ ਆਪਣੇ ਵਰਗਾ ਹੀ ਬਣਾਉਣਾ ਚਾਹੁੰਦਾ, ਜਾਂ ਮੈਂ ਚਾਹੁੰਦਾ ਵੀ ਤੁਸੀਂ ਮੈਨੂੰ ਨਜ਼ਰ ਨਾ ਆਓ, ਇੱਦਾਂ ਨਹੀਂ, ਇਸ ਕਰਕੇ ਨਹੀਂ। ਸੋ ਪਹਿਲੋਂ ਐਕਸੈਪਟੈਂਸ, ਇੱਕ ਹੋਰ ਇਹਦੀ ਬਹੁਤ ਲਾਈਵ ਐਗਜ਼ੈਂਪਲ ਹੈ, ਕਈ ਐਗਜ਼ੈਂਪਲਸ ਆਏ, ਸਾਡੀ ਤਾਂ ਸਾਰੀ ਹਿਸਟਰੀ ਸਿੱਖ ਭਰੀ ਹੋਈ ਹੈ। ਲੈਟਸ ਬਿਗਿਨ ਵਿਦ ਗੁਰੂ ਨਾਨਕ। ਆਪਾਂ ਕਈ ਵਾਰ ਨਾ ਚੀਜ਼ਾਂ ਸੁਣਦੇ ਹਾਂ ਪਰ ਸ਼ਾਇਦ ਵਿਚਾਰ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਦਾ ਜਿਹੜਾ ਸਭ ਤੋਂ ਕਲੋਜ਼ ਫਰੈਂਡ, ਉਹਨਾਂ ਦਾ ਸਾਥੀ ਰਿਹਾ, ਉਹ ਕੌਣ ਸੀ? ਭਾਈ ਮਰਦਾਨਾ। ਕੌਣ ਸੀ ਉਹ? ਜਾਤ ਦਾ, ਜਾਤ ਦਾ, ਜਾਤ ਵਿੱਚ ਵੀ ਮਰਾਸੀ ਦਾ ਮਤਲਬ ਨੀਵੀਂ ਜਾਤ ਦਾ, ਕੋਈ ਉੱਚੀ ਜਾਤ ਦਾ ਨਹੀਂ। ਆਈ ਮੀਨ ਜਸਟ ਥਿੰਕ, ਇਹ 500 ਸਾਲ ਪਹਿਲਾਂ ਦੀ ਗੱਲ ਹੋ ਰਹੀ ਹੈ। ਇਹਦਾ ਮਤਲਬ ਵੀ ਅੱਜ ਕੋਈ ਇਸ ਤਰ੍ਹਾਂ ਦਾ ਸਿੱਖ ਪਰਸਨੈਲਿਟੀ ਬਹੁਤ ਉੱਚੀ ਵੱਡੀ ਹੋਵੇ, ਉਹਦਾ ਸਾਥੀ ਹੋਵੇ ਮੁਸਲਮਾਨ, ਤੁਸੀਂ ਸੋਚੋ ਵੀ ਸਿੱਖ ਕਿੰਨਾ ਕਿ ਉਹਨੂੰ ਐਕਸੈਪਟ ਕਰਨਗੇ। ਅਸੀਂ ਬੜੇ ਕੁਐਸਚਨਸ ਕਰਾਂਗੇ, ਵਾਈ ਵਾਈ ਆ ਮੁਸਲਿਮ, ਇਹ ਤਾਂ ਇੱਦਾਂ ਕਰਦਾ, ਇਹ ਐਂ ਕਰਦਾ, ਇਹ ਓਂ ਕਰਦਾ। ਉੱਥੇ ਬਾਬਾ ਨਾਨਕ ਇੱਕ ਮੁਸਲਮਾਨ ਭਾਈ ਮਰਦਾਨੇ ਨੂੰ ਸਾਰੀ ਉਮਰ ਨਾਲ ਰੱਖਦੇ ਨੇ। ਕੀ ਉਹਨਾਂ ਦੀਆਂ ਈਟਿੰਗ ਹੈਬਿਟਸ ਸੇਮ ਸੀ? ਕਿ ਉਹਨਾਂ ਦੇ ਉੱਠਣ ਬੈਠਣ ਦਾ ਤਰੀਕਾ ਸੇਮ ਸੀ? ਕਿ ਉਹਨੇ ਖਾਣ ਪੀਣ ਵਿਹਾਰ ਵਰਤੋਂ ਵਿਹਾਰ, ਕੀ ਇਹ ਜ਼ਰੂਰੀ ਨਹੀਂ ਵੀ ਭਾਈ ਮਰਦਾਨਾ ਸ਼ੁਰੂ ਤੋਂ ਆਉਂਦੇ ਆ ਬਾਣੀ ਪੜ੍ਹਨ ਲੱਗ ਪਿਆ ਹੋਵੇ? ਨੋ, ਈਵਨ ਜਿਹੜੇ ਸੋਰਸਿਸ ਇਹ ਦੱਸਦੇ ਵੀ ਅਖੀਰ ਤੱਕ ਉਹ ਮੁਸਲਮਾਨ ਹੀ ਰਿਹਾ। ਹੋ ਸਕਦਾ ਉਹ ਨਮਾਜ਼ ਹੀ ਪੜ੍ਹਦਾ ਹੋਵੇ, ਬਾਬਾ ਕਹਿੰਦਾ ਨੈਵਰ ਮਾਇੰਡ ਮਰਦਾਨਿਆ, ਨਮਾਜ਼ ਦਾ ਵੇਲਾ ਹੋਇਆ ਹੈ, ਨਮਾਜ਼ ਪੜ੍ਹਾਓ, ਮੈਂ ਆਪਣੇ ਕਰਤਾ ਪੁਰਖ ਦੀ ਬਾਣੀ ਪੜ੍ਹ ਲੈਂਦਾ। ਮਤਲਬ ਆਈ ਮੀਨ ਜਸਟ ਲੁੱਕ ਐਟ ਦੈਟ, ਇਟਸ ਸਮਥਿੰਗ ਇੰਪੋਸੀਬਲ ਕਿ ਇੱਕ ਐਡਾ ਵੱਡਾ ਪ੍ਰੋਫਿਟ ਹੋਵੇ, ਉਹਦਾ ਸਾਥੀ ਉਹ, ਇਹ ਅੱਜ ਦੀ ਗੱਲ ਨਹੀਂ ਹੋ ਰਹੀ। ਅੱਜ ਹਿੰਦੂ ਅਤੇ ਮੁਸਲਮਾਨ, ਸਿੱਖ ਹਿੰਦੂ, ਸਿੱਖ ਮੁਸਲਮਾਨ, ਕਿੰਨੇ ਡਿਫਰੈਂਸਿਸ ਨੇ ਸਾਡੇ ਅੰਦਰ। ਇੱਕ ਦੋ ਐਗਜ਼ਾਮਪਲਸ ਮੈਂ ਸ਼ੇਅਰ ਕਰਾਂ, ਮੈਂ ਟਾਈਮ ਨਹੀਂ ਹੈਗਾ, ਵੇਖੋ ਵੀ ਹਰ ਹੱਦ ਹੋਈ ਪਈ ਹੈ। ਯੂਨੋ, ਇਹ ਥੋੜ੍ਹੇ ਦਿਨਾਂ ਦੀ ਗੱਲ ਹੈ ਕਿ ਸਾਡੇ ਗੁਆਂਢ ਦੇ ਵਿੱਚ, ਐਂਡ ਦਿਸ ਇਜ਼ ਵਾਟ ਮਾਈ ਡੋਟਰ ਸੌ ਇਟ, ਅਤੇ ਅੱਜ ਦੇ ਬੱਚੇ ਜਿਹੜੇ ਨੇ ਉਹ, ਉਹਨਾਂ ਲਈ ਇਹ ਬੜੀ ਹੈਰਾਨੀ ਵਾਲੀ ਗੱਲ, ਅਸੀਂ ਤਾਂ ਫਿਰ ਵੀ ਥੋੜ੍ਹਾ ਬਹੁਤ ਸਾਨੂੰ ਸਮਝ ਹੈ, ਉਹਨਾਂ ਲਈ ਮਤਲਬ ਸਮਥਿੰਗ ਸ਼ੌਕਿੰਗ ਕਿ ਉਹ ਫੈਮਿਲੀ ਥੋੜ੍ਹੀ ਹਾਇਰ ਕਲਾਸ ਫੈਮਿਲੀ ਹੈ, ਹਿੰਦੂ ਫੈਮਿਲੀ ਫਰੋਮ ਏ ਹਾਇਰ ਕਲਾਸ, ਉਹਨਾਂ ਦੇ ਲੜਕੇ ਦਾ ਦੋਸਤ ਘਰ ਆਉਂਦਾ, ਦੋਸਤ ਹੈ ਮੁਸਲਮਾਨ, ਘਰੋਂ ਪਾਣੀ ਪੀ ਗਿਆ, ਚਾਹ ਪਾਣੀ ਪੀਤਾ ਹੋਏਗਾ, ਵਟ ਐਵਰ, ਉਹਦੀ ਮਦਰ ਨੂੰ ਬਾਅਦ 'ਚ ਪਤਾ ਲੱਗਾ, ਓ ਹੀ ਵਾਜ ਏ ਮੁਸਲਿਮ, ਐਂਡ ਵਾਟ ਹੈਪਨ ਯੂ ਨੋ, ਉਹਨਾਂ ਨੇ ਸਾਰਾ ਘਰ ਧੋਤਾ ਆਪਣਾ, ਇੱਕ ਇੱਕ ਚੀਜ਼ ਜਿੱਥੇ ਉਹ ਬੈਠਾ, ਇਹ ਹੁਣ ਦੀ ਗੱਲ, ਪਿਛਲੇ ਮਹੀਨੇ ਦੀ ਗੱਲ, ਪੰਡਿਤ ਬੁਲਾ ਕੇ ਅਗਲੇ ਦਿਨ ਘਰ ਦੀ ਪੂਜਾ ਕਰਾਈ, ਅਤੇ ਬੜੇ ਹੀ ਪ੍ਰਾਈਡ ਨਾਲ ਇਹ ਸਾਰਾ ਕੁਛ ਸਾਡੇ, ਯੂ ਨੋ, ਮੇਰੀ ਮਿਸਿਸ ਦੇ ਨਾਲ ਸ਼ੇਅਰ ਕੀਤਾ। ਉੱਥੋਂ ਉਹਨਾਂ ਨੇ, ਮੇਰੀ ਡਾਟਰ ਨੇ ਸੁਣੀ ਗੱਲ, ਐਂਡ ਸ਼ੀ ਵਾਜ਼ ਸ਼ੌਕ। ਉਹਨੇ ਇੱਕ ਈਮੇਲ ਮੈਨੂੰ ਲਿਖੀ, ਉਸ ਤੋਂ ਬਾਅਦ ਸ਼ੀ ਰੋਟ ਐਨ ਆਰਟੀਕਲ ਔਨ ਦਿਸ, ਹਾਊ ਆਈ ਕੈਨੋਟ ਰੀਅਲੀ ਯੂ ਨੋ ਬਿਲੀਵ ਕਿ ਅੱਜ ਦੇ ਸਾਡੇ ਸਮਾਜ ਵਿੱਚ ਪੜ੍ਹਿਆ ਲਿਖਿਆ ਤਬਕਾ, ਯੂ ਨੋ, ਇਹਨੇ ਸੋਸਾਇਟੀ ਤੁਸੀਂ ਰਹਿ ਰਹੇ ਹੋ, ਇਸ ਤਰ੍ਹਾਂ ਦੀ ਸਾਡੇ ਅੰਦਰ ਦੀ ਸੋਚ, ਆਈ ਮੀਨ ਸੀ ਵੀ ਚੀਜ਼ਾਂ ਕਿੱਥੋਂ ਆ ਰਹੀਆਂ ਨੇ। ਜਿੱਥੇ ਇੰਨੀ ਜ਼ਿਆਦਾ ਨੋਨ ਐਕਸੈਪਟੈਂਸ ਹੈ ਦੂਜੇ ਬੰਦੇ ਦੀ, ਉੱਥੇ ਟੋਲਰੈਂਸ ਕਿੱਥੋਂ ਆਏਗੀ? ਫਿਰ ਇਹ ਇੱਕ ਐਗਜ਼ਾਮਪਲ ਹੈ, ਇਹ ਨਾ ਸਮਝੋ ਵੀ ਕਿਤੇ ਉੱਥੇ ਹੀ ਇੱਦਾਂ ਹੋ ਰਿਹਾ, ਸਾਡੇ ਵੀ ਇੱਦਾਂ ਹੀ ਹੋ ਰਿਹਾ, ਅਸੀਂ ਘੱਟ ਨਹੀਂ। ਸੋ ਆਈ ਮੀਨ ਹੁਣ ਗੁਰੂ ਸਾਹਿਬ ਸਾਨੂੰ ਦੱਸ ਰਹੇ, ਇੱਕ ਮਿੱਟੀ ਤੋਂ ਬਣੇ ਹੋਏ ਹੋ, ਤੂੰ ਭਾਈ ਮਰਦਾਨੇ ਨੂੰ ਸਾਥੀ ਲੈ ਰਹੇ ਨੇ। ਅੱਗੇ ਲੈਟ ਮੀ ਮੂਵ ਔਨ, ਇਹ ਵੀ ਚੀਜ਼ ਨਹੀਂ ਆਪਾਂ ਕਦੀ ਸੋਚੀ, ਗੁਰੂ ਗ੍ਰੰਥ ਸਾਹਿਬ ਜਿਸ ਨੂੰ ਅਸੀਂ ਗੁਰੂ ਆਨੇ ਹਾਂ, ਜਿਹਦੇ ਵਿੱਚ ਬੇਅੰਤ ਹੋਰ ਮਹਾਂਪੁਰਸ਼ਾਂ ਭਗਤਾਂ ਦੀ ਬਾਣੀ, ਉਹ ਤਾਂ ਗੱਲ ਅਸੀਂ ਬੜੇ ਵੇਖੋ ਦਾਅਵੇ ਨਾਲ ਪ੍ਰਾਈਡ ਨਾਲ ਕਹਿੰਦੇ ਹਾਂ ਵੀ ਇਹਦੇ ਵਿੱਚ 35 ਮਹਾਂਪੁਰਸ਼ਾਂ ਦੀ ਬਾਣੀ ਨੇ, ਹਿੰਦੂ ਭਗਤਾਂ ਦੀ ਬਾਣੀ ਹੈ, ਮੁਸਲਮਾਨ ਫਕੀਰਾਂ ਦੀ ਬਾਣੀ ਹੈ, ਕਿਉਂਕਿ ਸਾਨੂੰ ਉਹ ਹਾਈਲਾਈਟ ਕਰਦੀ ਨਾ, ਇਸ ਕਰਕੇ ਬੜੇ ਦਾਅਵੇ ਪ੍ਰਾਈਡ ਨਾਲ ਕਹਿੰਦੇ ਹਾਂ, ਪਰ ਕਦੀ ਵਿਚਾਰ ਨਹੀਂ ਕਰਦੇ ਵੀ ਇਹਦਾ ਮਤਲਬ ਕੀ ਹੈ। ਇਹ ਵੀ ਇੱਕ ਇੰਪੋਸੀਬਲ ਚੀਜ਼ ਹੈ, ਮੈਂ ਤਾਂ ਅੱਜ ਤੱਕ ਹੈਰਾਨ ਹਾਂ ਵੀ ਇਹ ਕਿਵੇਂ ਪੋਸੀਬਲ ਹੋ ਗਿਆ। ਵੇਖੋ, ਮਤਲਬ ਗੁਰੂ ਸਾਹਿਬ ਦੀ ਸੋਚ ਅੱਜ ਤੋਂ 500 ਸਾਲ ਪਹਿਲਾਂ ਇਹੋ ਜਿਹੀ ਸੋਚ ਸੀ, ਹੋਏ 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 ਹੋਏ, ਜੇ ਕਿਤੇ ਉਹਦੇ ਫੋਲੋਵਰ, ਉਹਦੇ ਸਿੱਖ ਖਵਾਉਣ ਵਾਲੇ, ਉਹਦੇ ਮੁਲਕ ਦੇ ਲੋਕ ਇਸ ਸੋਚ ਨੂੰ ਫੋਲੋ ਕਰ ਲੈਣ, ਨਹੀਂ ਕੀ ਹੈ ਸੋਚ ਕਿ ਗੁਰੂ ਗ੍ਰੰਥ ਸਾਹਿਬ ਧਰਮ ਦਾ ਗ੍ਰੰਥ ਤਿਆਰ ਹੋ ਰਿਹਾ, ਜਿਵੇਂ ਵੇਦ ਬਾਈਬਲ ਤਿਆਰ ਹੋ ਰਹੇ ਨੇ, ਉਹਦੇ ਵਿੱਚ ਬਾਣੀ। ਹੁਣ ਗੁਰੂ ਸਾਹਿਬ ਨੂੰ ਕੋਈ ਵੈਸੇ ਲੋੜ ਨਹੀਂ ਸੀ ਭਗਤਾਂ ਦੀ ਬਾਣੀ ਵੇਖੀ ਜਾਵੇ, ਤਾਂ ਕੁਆਂਟਿਟੀ ਵਾਈਜ਼ ਬਹੁਤ ਥੋੜ੍ਹੀ ਹੈ,
ਯਾਨੀ ਕਿ ਇਹਦਾ ਮਤਲਬ ਉਹ ਤੋਂ ਬਿਨਾਂ ਵੀ ਸਰ ਸਕਦਾ ਸੀ ਬੜੇ ਆਰਾਮ ਨਾਲ। ਪਰ ਉਹਦੇ ਵਿੱਚ ਉਹ ਭਗਤਾਂ ਦੀ ਬਾਣੀ ਅਤੇ ਭਗਤਾਂ ਵਿੱਚੋਂ ਕੋਈ ਨੀਵੀਂ ਜਾਤ ਦਾ ਹੈ, ਕੋਈ ਉੱਚੀ ਜਾਤ ਦਾ ਹੈ, ਕੋਈ ਖੱਤਰੀ ਹੈ, ਕੋਈ ਬ੍ਰਾਹਮਣ ਹੈ, ਚਲੋ ਫਿਰ ਵੀ ਸਮਝ ਆਉਂਦੀ ਹੈ ਵੀ ਚਲੋ ਹਿੰਦੂ ਫਿਰ ਵੀ ਇਸ ਮੁਲਕ ਦੇ ਰਹਿਣ ਵਾਲੇ ਸੀ, ਕਲੋਜ਼ ਸੀ, ਭਾਈਬੰਦ ਸੀ। ਮੁਸਲਮਾਨਾਂ ਦੀ ਬਾਣੀ ਸੋਚਿਓ ਜਰਾ ਇਸ ਗੱਲ, ਕਿਉਂਕਿ ਉਹਨਾਂ ਦਾ ਤਾਂ ਧਰਮ ਵੱਖਰਾ, ਕਲਚਰ ਵੱਖਰਾ, ਸੋਚ ਵੱਖਰੀ ਹੈ, ਉਹਨਾਂ ਦੇ ਕੌਨਸੈਪਟਸ ਵੱਖਰੇ ਨੇ, ਬਿਲਕੁਲ ਬਿਲਕੁਲ ਮੈਚ ਨਹੀਂ ਕਰਦੇ। ਫੋਰ ਐਗਜ਼ਾਮਪਲ, ਹਿੰਦੂ ਜਿਹੜੀ ਟ੍ਰੈਡੀਸ਼ਨ ਹੈ ਇਹ ਬਿਲੀਵ ਕਰਦੀ ਹੈ ਜਨਮ ਮਰਨ ਦੇ ਵਿੱਚ 84 ਲੱਖ ਜੂਨਾਂ, ਅਤੇ ਇਹ ਇਸਲਾਮ ਬਿਲੀਵ ਕਰਦਾ? ਨੋਟ ਐਟ ਆਲ। ਇਸਲਾਮ ਬਿਲੀਵ ਕਰਦਾ ਇਹੋ ਇੱਕੋ ਹੀ ਜਨਮ ਹੈ, ਹੋਰ ਕੋਈ ਜਨਮ ਨਹੀਂ ਹੈਗਾ, ਅੱਗੇ ਮੁੜ ਕੇ ਉਹ ਹੀ ਹੋਏਗਾ। ਦੀ ਡੇ ਆਫ ਜਜਮੈਂਟ, ਮੁਹੰਮਦ ਸਾਹਿਬ ਆਉਣਗੇ, ਅੱਲਾ ਆਏਗਾ ਅਤੇ ਤੁਹਾਨੂੰ ਹੈਵਨ, ਅਤੇ ਉਹ ਇਹ ਸੋਚ ਹੈ ਮੁਸਲਮਾਨ ਦੀ, ਅਤੇ ਬਾਬਾ ਫਰੀਦ ਦੀ ਵੀ ਇਹੋ ਹੀ ਸੋਚ ਹੈ। ਬਾਣੀ 'ਚ ਆਉਂਦਾ ਹੈ, ਉਹ ਇਹ ਨਹੀਂ ਕਹਿੰਦਾ ਵੀ ਪੂਜਾ ਕਰੋ, ਪਾਠ ਕਰੋ, ਕਿਤੇ ਇਹ ਸ਼ਬਦ ਨਹੀਂ ਵਰਤਦਾ। ਉਹ ਆਉਂਦਾ ਨਮਾਜ਼ ਪੜ੍ਹੋ, ਉੱਥੇ ਰੂਹਾਂ ਬੈਠੀਆਂ ਮੱਲ, ਇਹ ਸ਼ਬਦ ਲਿਖਦਾ ਉਹ, ਤੁਹਾਡੀਆਂ ਰੂਹਾਂ ਉੱਥੇ ਵੇਟ ਕਰਨਗੀਆਂ, ਬੈਠਣਗੀਆਂ, ਹੈ ਨਾ, ਬੈਠਾ ਕੱਢ ਵਹੀ, ਇਹ ਬਾਬੇ ਫਰੀਦ ਦੀ ਬਾਣੀ। ਆਈ ਮੀਨ ਉਹ ਹੀ ਅਲਫਾਜ਼, ਉਸੇ ਤਰ੍ਹਾਂ ਉਸ ਸੋਚ ਨੂੰ ਵੀ ਐਕਸੈਪਟ ਕਰ ਲੈਣਾ, ਮਤਲਬ ਇਟ ਇਜ਼ ਸਮਥਿੰਗ। ਤੁਸੀਂ ਜੇ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਦੱਸੋ, ਕਿਸੇ ਵੈਸਟਰਨ ਬੰਦੇ ਨੂੰ ਦੱਸੋ ਨਾ, ਉਹ ਸ਼ੌਕ ਹੋ ਜਾਂਦੇ ਨੇ, ਇਸੇ ਅਤੇ ਤੁਹਾਡੇ ਗੁਰੂ ਯਾਰ ਹੱਦ ਹੋ ਗਈ, ਏਡੇ ਓਪਨ ਹਾਰਟਡ ਬੰਦੇ ਵੀ, ਜਿੱਥੇ ਆਈਡੀਓਲੋਜੀ ਦੀ ਇੰਨੀ ਡਿਫਰੈਂਸ ਹੈਗਾ ਹੈ, ਉਸ ਨੂੰ ਉਸੇ ਤਰ੍ਹਾਂ ਐਕਸੈਪਟ ਕਰ ਲੈਂਦੇ ਨੇ ਉਹ, ਕਿਉਂਕਿ ਉਹ ਦੇਖ ਰਹੇ ਨੇ ਵੀ ਬਾਬਾ ਫਰੀਦ ਹੁਣ ਫਰੀਦ ਨਹੀਂ, ਇਹ ਅੱਲਾ ਦਾ ਬੰਦਾ ਬਣ ਗਿਆ ਹੈ। ਅਤੇ ਇਹੋ ਹੀ ਤਾਂ ਉਹ ਕਰਨਾ ਚਾਹੁੰਦੇ ਨੇ ਗੁਰੂ ਸਾਹਿਬ ਦੁਨੀਆਂ 'ਤੇ, ਇਹੋ ਹੀ ਚਾਹੁੰਦੇ ਨੇ ਵੀ ਤੁਸੀਂ ਜਿਸ ਵੀ ਹਰੀ ਨੂੰ, ਰਾਮ ਨੂੰ, ਪਰਮਾਤਮਾ ਨੂੰ, ਅੱਲਾ ਨੂੰ ਮੰਨਦੇ ਹੋ ਨਾ, ਸੱਚੀ ਮੁੱਚੀ ਉਹਦੇ ਬੰਦੇ ਬਣ ਜਾਓ। ਅਤੇ ਉਹ ਦੁਨੀਆਂ 'ਚ ਹਰ ਥਾਂ ਜਰੇ ਜਰੇ 'ਚ ਡਵੈਲ ਕਰਦਾ ਹੈ, ਉਹਨੂੰ ਇਸ ਤਰ੍ਹਾਂ ਦੇਖਣ ਦੀ ਜਾਚ ਸਿੱਖ ਲਓ। ਇਹਨਾਂ ਸਾਰਿਆਂ ਨੂੰ ਆਪਣੇ ਬਰਾਬਰ ਦੇ ਸਮਝ ਲਓ, ਈਕੁਅਲ ਸਮਝ ਲਓ। ਇਹ ਵੀ ਤੁਸੀਂ ਜਿਵੇਂ ਤੁਸੀਂ ਹਿਊਮਨ ਹੋ, ਇੱਦਾਂ ਹੀ ਇਹ ਵੀ ਹਿਊਮਨ ਨੇ, ਇੱਦਾਂ ਮੰਨ ਲਓ। ਆਈ ਮੀਨ ਇਹ ਇਗਜ਼ੈਂਪਲ ਸਿੱਖਾਂ ਲਈ, ਸਾਡੇ ਲਈ ਤਾਂ ਇੱਕ ਮੈਂਡੇਟਰੀ ਹੋ ਜਾਂਦਾ ਵੀ ਸਿੱਖ ਹੈਜ਼ ਟੂ ਬੀ ਫੰਡਾਮੈਂਟਲੀ ਇਨ ਐਕਸੈਪਟੈਂਸ, ਇਨ ਟੋਲਰੈਂਸ, ਈਵਨ ਦੀ ਓਪੀਨੀਅਨ ਆਫ ਸਮਬਡੀ ਵਿਚ ਇਜ਼ ਟੋਟਲੀ ਡਿਫਰੈਂਟ ਦੈਨ ਦੀ ਓਪੀਨੀਅਨ ਯੂ ਹੈਵ ਇਨ ਯੋਰ ਮਾਇੰਡ ਐਂਡ ਇਨ ਯੋਰ ਥੋਟ। ਪਰ ਉਹਦੀ ਹੁਣ ਪ੍ਰੈਕਟੀਕਲ ਫੋਰਮ ਇਹ ਆ, ਘਰਾਂ ਵਿੱਚ ਆਪਾਂ ਦੇਖੋ ਵੀ ਸਾਡੀ ਕਿੰਨੀ ਟੋਲਰੈਂਸ ਹੈਗੀ, ਕਿੰਨੀ ਨਹੀਂ ਹੈਗੀ। ਕਮਿਊਨਿਟੀ 'ਚ ਆ ਜਾਓ, ਸਾਡੇ ਆਪਣੇ ਸਿੱਖਾਂ 'ਚ ਕਈ ਜਥੇ ਨੇ, ਕਈ ਆਪਾਂ ਕਹਾਂਗੇ ਵੀ ਜਥੇਬੰਦੀਆਂ ਨੇ ਵੱਖਰੀਆਂ ਵੱਖਰੀਆਂ, ਉੱਥੇ ਦੇਖੋ ਇੰਨੀ ਘੱਟ ਟੋਲਰੈਂਸ ਉੱਥੇ ਨਜ਼ਰ ਆਉਂਦੀ ਹੈ ਕਿ ਹੈਰਾਨੀ ਵਾਲੀ ਗੱਲ ਹੈ। ਕਿਤੇ ਕਲੋਜ਼ਲੀ ਤੁਸੀਂ ਉਹਨਾਂ ਦੇ ਵਿੱਚ ਰਹਿ ਕੇ ਵੇਖੋਗੇ, ਬੜੀ ਵੀ ਕੀ ਹੋ ਗਿਆ ਸਾਨੂੰ, ਅਸੀਂ ਸਾਰੇ ਹੀ ਇੱਕ ਪਰਮਾਤਮਾ ਨੂੰ ਮੰਨਣ ਵਾਲੇ ਹਾਂ, ਕਹਿ ਰਹੇ ਸਾਰੇ ਇੱਕ ਗੁਰੂ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਸਿੱਖ ਹਾਂ, ਸਾਰੇ ਇੱਕੋ ਜਿਹੇ ਹਾਂ, ਫਿਰ ਵੀ ਇੰਨੀ ਜ਼ਿਆਦਾ ਘੱਟ ਟੋਲਰੈਂਸ ਹੈ ਕਿ ਅਸੀਂ ਬਿਲਕੁਲ ਇੱਦਾਂ ਸਮਝਦੇ ਹਾਂ ਵੀ ਇਹ ਤਾਂ ਬੰਦੇ ਹੀ ਨਹੀਂ ਹੈਗੇ। ਇੰਨਾ ਜ਼ਿਆਦਾ ਮਨਾਂ ਦੇ ਵਿੱਚ ਨਫ਼ਰਤ, ਹੇਟਰੇਡ, ਗੁੱਸਾ ਇਹ ਭਰਿਆ। ਦੂਜਿਆਂ ਲਈ ਆ ਜਾਓ ਹੁਣ, ਅੱਛਾ ਇਹ ਸਾਡੇ ਵਿੱਚ ਹੀ ਨਹੀਂ, ਇੱਦਾਂ ਸਮਝੋ ਵੀ ਸਾਡੇ ਵਿੱਚ ਵੀ, ਦੂਜਿਆਂ 'ਚ ਵੀ ਇਹੋ ਹਾਲ ਹੈ। ਆਈ ਮੀਨ ਯੂ ਨੀਡ ਟੂ ਲੁੱਕ ਐਟ ਵੀ ਵੇਅਰ ਇਜ਼ ਦੀ ਪ੍ਰੋਬਲਮ, ਕਿ ਕਿਉਂ ਅੱਜ ਸਾਡਾ ਐਡਾ ਵੱਡਾ ਮੁਲਕ ਆ, ਅਸੀਂ ਸਾਰੇ ਕਹਿ ਰਹੇ ਹਾਂ ਵੀ ਇਹ ਸਾਡਾ ਮੁਲਕ ਮਲਟੀ ਕਲਚਰਲ, ਮਲਟੀ ਰਿਲੀਜੀਅਸ, ਇੱਥੇ ਸੈਕੂਲਰਿਜ਼ਮ ਆ, ਇੱਥੇ ਉਹ ਆ, ਇੱਥੇ ਇਹ ਆ, ਫਿਰ ਵੀ ਦੰਗੇ ਕਿਉਂ ਹੁੰਦੇ ਨੇ? ਫਿਰ ਵੀ ਇੱਥੇ ਕਮਿਊਨਿਟੀ ਦੂਜੇ ਨੂੰ ਕਿਉਂ ਮਤਲਬ ਉਹ ਟੋਲਰੈਂਟ ਨਹੀਂ ਕਰ ਰਹੀ? ਕਿਉਂਕਿ ਬੇਸਿਕਲੀ ਅਸੀਂ ਅਜੇ ਤੱਕ ਵੀ ਐਕਸੈਪਟ ਨਹੀਂ ਕਰ ਰਹੇ ਦੂਜੇ ਨੂੰ। ਮੈਂ ਉਹਦੇ ਮੂਲ ਰੂਟ ਕੌਜ 'ਤੇ ਆ ਰਿਹਾ। ਅਸੀਂ ਇਹ ਐਕਸੈਪਟ ਨਹੀਂ ਕਰ ਰਹੇ ਵੀ ਇਹ ਕਮਿਊਨਿਟੀ, ਇਹ ਧਰਮ, ਇਹ ਕਲਚਰ ਵੀ ਇਸ ਮੁਲਕ ਦਾ, ਇਸ ਦੇਸ਼ ਦਾ, ਇਸ ਮਨੁੱਖਤਾ ਦਾ, ਇਸ ਦੁਨੀਆ ਦਾ ਹਿੱਸਾ ਹੈ। ਇਹ ਵੀ ਉਸੇ ਹੀ ਪਰਮਾਤਮਾ ਨੇ ਬਣਾਇਆ ਜਿਹਨੇ ਤੁਹਾਨੂੰ ਬਣਾਇਆ। ਕਿਤੇ ਨਾ ਕਿਤੇ ਮਤਲਬ ਸਟਿਲ ਇਟਸ ਮਿਸਿੰਗ ਆਲ ਟੁਗੈਦਰ। ਅਸੀਂ ਮੰਨ ਰਹੇ ਹਾਂ ਵੀ ਸਾਨੂੰ ਕਿਸੇ ਹੋਰ ਪਰਮਾਤਮਾ ਨੇ ਬਣਾਇਆ, ਵਧੀਆ ਬਣਾਇਆ, ਹਾਇਰ ਬਣਾਇਆ, ਇਹਨਾਂ ਨੂੰ ਪਤਾ ਨਹੀਂ ਕਿੰਨੇ ਬਣਾਇਆ। ਅਤੇ ਉਹ ਇੱਕ ਤਬਕਾ ਹੀ ਨਹੀਂ, ਸਾਰੇ ਤਬਕੇ, ਯੂ ਨੋ ਆਲ, ਸਾਰੇ ਇਸ ਤਰ੍ਹਾਂ ਸੋਚ ਰਹੇ। ਅਤੇ ਇਹੋ ਜਿਹੀ ਜਗ੍ਹਾ, ਇਹੋ ਜਿਹੇ ਮੁਲਕ ਵਿੱਚ, ਇਹੋ ਜਿਹੀ ਸੋਸਾਇਟੀ ਵਿੱਚ ਫਿਰ ਟੋਲਰੈਂਸ ਕਿੱਥੋਂ ਆਏਗੀ? ਆਈ ਮੀਨ ਮੈਂ ਥੋੜ੍ਹਾ ਰੂਟ ਕੌਜਿਸ ਵੱਲ ਆਪਾਂ ਦੇਖ ਰਹੇ ਵੀ ਉਹ ਰੂਟ ਉੱਥੋਂ ਥੋੜ੍ਹਾ ਜਿਹਾ ਵੇਖਣ ਦੀ ਲੋੜ ਹੈ, ਉੱਥੋਂ ਥੋੜ੍ਹਾ ਜਿਹਾ ਇਹ ਕਲਚਰ ਡਿਵੈਲਪ ਕਰਨ ਦੀ ਲੋੜ ਹੈ, ਐਥੀਕਲ ਕਲਚਰ ਜਿਹਨੂੰ ਆਉਂਦੇ ਨੇ, ਵੀ ਇਹ ਮੰਨ ਲਿਆ ਜਾਏ ਕਿ ਜੋ ਕੁਛ ਮੈਂ ਜਾਣਦਾ ਹਾਂ ਉਹ ਠੀਕ ਹੋ ਸਕਦਾ ਹੈ, ਅਤੇ ਜਿਹੜਾ ਦੂਜਾ ਜਾਣਦਾ ਹੈ ਉਹ ਵੀ ਠੀਕ ਹੋ ਸਕਦਾ ਹੈ। ਇਹ ਮੇਰੀ ਵਿਚਾਰ ਹੈ, ਇਹ ਇਹਨਾਂ ਦੀ ਵਿਚਾਰ ਹੈ, ਸੁਣ ਲਿਆ ਜਾਏ, ਮੰਨਣਾ ਜਾਂ ਨਾ ਮੰਨਣਾ ਤੁਹਾਡੀ ਮਰਜ਼ੀ ਹੈ। ਪਰ ਕਿਸੇ ਨੂੰ ਰਾਈਟ ਨਾ ਦੇਣਾ ਕਿ ਵੀ ਤੁਸੀਂ ਕੋਈ ਗੱਲ ਕਹਿ ਹੀ ਨਹੀਂ ਸਕਦੇ, ਇਹ ਨਹੀਂ ਹੋ ਸਕਦਾ।
ਪ੍ਰੋਫੈਸਰ ਪੂਰਨ ਸਿੰਘ ਇੱਕ ਜਗ੍ਹਾ ਲਿਖਦੇ ਨੇ ਦੀ ਵੈਰੀ ਫਸਟ ਥਿੰਕਰ ਔਨ ਕੰਪੈਰੇਟਿਵ ਰਿਲੀਜਨ ਵਾਸ ਗੁਰੂ ਨਾਨਕ। ਇਹ ਸਾਡਾ ਬਾਬਾ ਕਿ ਜਿਸ ਨੇ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਇੱਕ ਕਰਨ ਦੀ ਗੱਲ ਕੀਤੀ, ਇੱਕ ਇੱਕ ਤੌਰ 'ਤੇ ਵੇਖਣ ਦੀ ਕੋਸ਼ਿਸ਼ ਕੀਤੀ। ਐਂਡ ਇੱਕ ਪੰਕਤੀ ਤੁਸੀਂ ਆਮ ਸੁਣਦੇ ਹੋਵੋਗੇ ਗੁਰੂ ਸਾਹਿਬ ਬਾਰੇ ਬਹੁਤ ਪਿਆਰੀ, ਬਾਬਾ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ। ਯਾਨੀ ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਹਨੂੰ ਹਿੰਦੂ ਆਪਣਾ ਸਮਝ ਰਹੇ ਨੇ, ਸਿੱਖ ਆਪਣਾ ਸਮਝ ਰਹੇ ਨੇ, ਮੁਸਲਮਾਨ ਵੀ ਆਪਣਾ ਸਮਝ ਰਹੇ ਨੇ। ਮੇਰੇ ਕਹਿਣ ਦਾ ਮਤਲਬ ਇੱਕ ਸਿੱਖ ਦੀ ਜੋ ਸ਼ਖਸੀਅਤ ਹੈ ਨਾ, ਟੋਲਰੈਂਸ ਦੀ ਆਪਾਂ ਗੱਲ ਕਰਦੇ ਹਾਂ, ਇੰਨਾ ਟੋਲਰੈਂਟ ਹੋਣਾ ਚਾਹੀਦਾ ਆ। ਪਰ ਤੁਸੀਂ ਵੇਖ ਰਹੇ ਹੋ ਪਿੱਛੇ ਥੋੜ੍ਹੇ ਜਿਹੇ ਸਾਲਾਂ ਦੀਆਂ ਜਿਹੜੀਆਂ ਇੰਸੀਡੈਂਟ ਸਾਡੇ ਆਪਣੀ ਕਮਿਊਨਿਟੀ ਸਿੱਖਾਂ 'ਚ ਹੋਈਆਂ, ਜਰਾ ਦੇਖੋ ਅਸੀਂ ਕਿੰਨੇ ਰੀਐਕਟਿਵ ਹਾਂ। ਓ ਹੋ 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 ਹੋ, ਸਾਨੂੰ ਕੋਈ ਮਾੜੀ ਜਿਹੀ ਗੱਲ ਦੱਸ ਦੇਵੇ ਵੀ ਉੱਥੇ ਕੋਈ ਇੱਦਾਂ ਹੋ ਗਿਆ ਜੀ, ਕਿਸੇ ਨੇ ਇਹ ਕਰ ਦਿੱਤਾ, ਅਸੀਂ ਮਤਲਬ ਜਿਵੇਂ ਚੇਅਰਮੈਨ ਸਾਹਿਬ ਕਹਿ ਰਹੇ ਸੀ ਨਾ ਵੀ ਉਹ ਡੱਬੀ ਜੇਬ ਵਿੱਚ ਪਾਈ ਘੁੰਮ ਰਹੇ, ਇੱਦਾਂ ਵਾਲਾ ਸਾਹਿਬ ਇਮੀਡੀਏਟਲੀ ਰੀਐਕਟ ਕਰਦੇ ਹਾਂ ਅਸੀਂ, ਰਿਸਪੋਂਡ ਨਹੀਂ ਕਰਦੇ, ਰੀਐਕਟ ਕਰਦੇ। ਉਹ ਰੀਐਕਸ਼ਨ ਥੋੜ੍ਹੇ ਕੁ ਚਿਰ ਬਾਅਦ ਫਿਰ ਸ਼ਾਂਤ ਹੋ ਜਾਂਦੀ ਹੈ, ਉਹ ਮੀਨਿੰਗਲੈਸ ਹੋ ਜਾਂਦੀ, ਇਸ ਕਰਕੇ ਉਹਦਾ ਆਊਟਕਮ ਵੀ ਕੁਛ ਨਹੀਂ ਨਿਕਲਦਾ। ਸਾਨੂੰ ਰਿਸਪੋਂਡ ਕਰਨ ਦੀ ਜਾਚ ਸਿੱਖਣੀ ਚਾਹੀਦੀ। ਜੇ ਕਿਤੇ ਸਾਨੂੰ ਲੱਗ ਰਿਹਾ ਵੀ ਇਹ ਠੀਕ ਨਹੀਂ ਹੋਇਆ, ਸਾਡੇ ਮੁਤਾਬਕ ਇਹ ਠੀਕ ਨਹੀਂ, ਉਹਨੂੰ ਰਿਸਪੋਂਡ ਕਰਨ ਦੀ ਜਾਚ ਸਿੱਖੀ, ਇੱਕ ਚੰਗੇ ਸਿਟੀਜ਼ਨ ਦੀ ਤਰ੍ਹਾਂ ਉਹਦਾ ਰਿਸਪੋਂਸ ਦਿਓ। ਉਹਦੇ ਤਰੀਕੇ ਨੇ, ਉਹਦੇ ਢੰਗ ਨੇ, ਯੂ ਨੋ, ਉਹ ਵੇਖੋ ਉਹਨੂੰ ਕਿਵੇਂ ਕਰਨਾ। ਇਹ ਤਾਂ ਨਹੀਂ ਵੀ ਹਰ ਗੱਲ ਦੇ ਉੱਤੇ ਤੁਸੀਂ ਯੂ ਨੋ ਅਸੀਂ ਜਾ ਕੇ ਨਾਰੇ ਲਗਾਈਏ, ਖੜ੍ਹੇ ਹੋ ਜਾਈਏ, ਲੜਨ ਲੱਗ ਪਈਏ, ਜਾਂ ਇੱਦਾਂ ਦਾ ਜਿਹੜਾ, ਮਤਲਬ ਇਹ ਸਾਡੇ ਸਿੱਖੀ ਦੇ ਕਲਚਰ 'ਚੋਂ ਇਸ ਤਰ੍ਹਾਂ ਦਾ ਨਹੀਂ ਆ ਰਿਹਾ। ਉਹ ਬਿਲਕੁਲ ਅਲਟੀਮੇਟ ਚੀਜ਼ ਸੀ ਵੀ ਜਦੋਂ ਹੁਣ ਕੋਈ ਵੀ ਜਿਹੜਾ ਕੰਮ ਹੈ ਨਾ ਉਹ ਨਹੀਂ ਪੋਸੀਬਲ ਹੋ ਰਿਹਾ, ਅਤੇ ਦੈਟਸ ਹਾਊ ਯੂ ਮੂਵ ਔਨ ਫਰਦਰ। ਸੋ ਟੋਲਰੈਂਸ ਦੀ ਇਹ ਗੱਲ ਕਰਦਿਆਂ ਕਰਦਿਆਂ ਇੱਕ ਹੋਰ ਮੈਨੂੰ ਗੱਲ ਯਾਦ ਆਈ, ਵੋਲਟਾਇਰ ਦਾ ਤੁਸੀਂ ਨਾਂ ਸੁਣਿਆ ਹੋਣਾ, ਬੜਾ ਵੱਡਾ ਫਿਲੋਸਫਰ ਹੋਇਆ, ਉਸ ਨੇ ਬੜੀ ਖੂਬਸੂਰਤ ਗੱਲ ਲਿਖੀ ਹੈ, ਆਈ ਡਿਸਐਗਰੀ ਵਿਦ ਵਟ ਯੂ ਸੇ, ਆਈ ਡਿਸਐਗਰੀ ਵਿਦ ਵਟ ਯੂ ਸੇ ਬਟ ਆਈ ਸ਼ੈਲ ਡਿਫੈਂਡ ਟੂ ਮਾਈ ਡੈਥ ਯੂਅਰ ਰਾਈਟ ਟੂ ਸੇ ਇਟ। ਬੜੀ ਖੂਬਸੂਰਤ ਲਾਈਨ ਕਿ ਭਾਵੇਂ ਜੋ ਤੁਸੀਂ ਕਹਿ ਰਹੇ ਹੋ ਮੈਂ ਉਹਦੇ ਨਾਲ ਡਿਸਐਗਰੀ ਕਰਦਾ ਹਾਂ, ਪਰ ਫਿਰ ਵੀ ਦਿਸ ਇਜ਼ ਯੂਅਰ ਰਾਈਟ, ਇਹ ਤੁਹਾਡਾ ਰਾਈਟ ਹੈ ਕਿ ਤੁਹਾਨੂੰ ਕਹਿਣ ਦਾ ਹੱਕ ਹੋਣਾ ਚਾਹੀਦਾ ਹੈ, ਅਤੇ ਜੇ ਲੋੜ ਪਈ ਤਾਂ ਮੈਂ ਤੁਹਾਡੇ ਉਸ ਹੱਕ ਨੂੰ ਡਿਫੈਂਡ ਕਰਾਂਗਾ। ਆਈ ਮੀਨ ਸੋ ਬਿਊਟੀਫੁਲ। ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਕੀਤਾ ਸੀ ਅਸਲ ਵਿੱਚ ਇਹੋ ਜਿਹੀ ਗੱਲ ਸੀ ਕਿ ਇੱਕ ਦੂਸਰੇ ਧਰਮ ਦੀ, ਦੂਸਰੇ ਸਿੰਬਲਸ ਦੀ, ਦੂਸਰੀ ਆਈਡੀਓਲੋਜੀ ਦੀ, ਜਿਸ ਵਿੱਚ ਉਹ ਬਿਲੀਵ ਨਹੀਂ ਕਰਦੇ, ਪਰ ਜੇ ਉੱਥੇ ਖਤਰਾ ਬਣਿਆ ਹੈ, ਉਹਨਾਂ ਨੂੰ ਮਤਲਬ ਡਿਫੈਂਸ ਦੀ ਲੋੜ ਹੈ, ਅਤੇ ਉਸ ਦੇ ਹੱਕ ਵਿੱਚ ਖੜ੍ਹੇ ਹੁੰਦੇ ਨੇ ਡਿਫੈਂਡ ਕਰਨ ਵਾਸਤੇ। ਮਤਲਬ ਇੰਨੀ ਵੱਡੀ ਐਕਸੈਪਟੈਂਸ, ਟੋਲਰੈਂਸ, ਯੂ ਨੋ, ਫਗਿਵਨੈਸ, ਪੇਸ਼ੈਂਸ, ਇਹ ਸਾਰੇ ਵਰਡ ਇੱਕ ਦੂਜੇ ਦੇ ਨਾਲ ਯੂ ਨੋ ਕਲੋਜ਼ਰ ਨੇ, ਇਹ ਸਾਡੇ ਮਨ ਕੰਪੋਜ਼ਰ ਇਹ ਹੋਣੇ ਚਾਹੀਦੇ ਨੇ ਸਾਡੇ। ਪਰ ਇਸੇ ਅੱਜ ਦੇ ਅਸੀਂ ਜਦੋਂ ਵੇਖ ਰਹੇ ਵੀ ਅਸੀਂ ਕੀ ਕਰ ਰਹੇ ਹਾਂ ਅੱਜ ਅਸੀਂ ਤਾਂ ਉਲਟਾ ਕਰ ਰਹੇ ਕਿ ਮੈਂ ਨੰਬਰ 1 ਤੁਹਾਡੇ ਨਾਲ ਡਿਸਐਗਰੀ ਹੋਵਾਂਗਾ, ਅਤੇ ਡਿਸਐਗਰੀ ਹਾਂ ਅਤੇ ਤੁਹਾਨੂੰ ਗੱਲ ਵੀ ਨਹੀਂ ਕਹਿਣ ਦੇਵਾਂਗਾ। ਨਹੀਂ, ਤੁਸੀਂ ਵੇਖੋ ਕੀ ਹੋ ਰਿਹਾ, ਟੀਵੀ ਚੈਨਲਾਂ 'ਤੇ ਦੇਖ ਲਓ, ਅਦਰਵਾਈਜ਼ ਦੇਖ ਲਓ, ਪੋਲੀਟੀਕਲੀ, ਸੋਸ਼ਲੀ, ਵਟਸ ਹੈਪਨਿੰਗ, ਕਿ ਦੂਜੇ ਨੂੰ ਆਪਣੀ ਗੱਲ ਕਹਿਣ ਦਾ ਵੀ ਹੱਕ ਨਹੀਂ ਦਿੱਤਾ ਜਾ ਰਿਹਾ। ਨਹੀਂ ਦਿਆਂਗੇ ਜੀ, ਅਸੀਂ ਜੋ ਅਸੀਂ ਕਹਿ ਰਹੇ ਉਹ ਠੀਕ ਹੈ। ਇੱਕ ਇਹ ਟੋਲਰੈਂਸ ਦੇ ਸਾਰੇ ਹਿੱਸੇ ਨੇ, ਧਰਮ, ਸਮਾਜ, ਸਾਰਾ ਇਹਦੇ ਵਿੱਚ ਹੈਗਾ। ਯੂ ਨੋ, ਇੱਕ ਹੋਰ ਬੜੀ ਵਧੀਆ ਗੱਲ ਆਉਂਦੀ, ਅਸਲ ਵਿੱਚ ਅਸੀਂ ਕਹਿੰਦੇ ਤਾਂ ਹਾਂ ਕਿ ਸਾਡਾ ਦੇਸ਼ ਅਨੇਕਤਾ ਦੇ ਵਿੱਚ ਵਿਸ਼ਵਾਸ ਰੱਖਦਾ, ਪਰ ਰੱਖਦਾ ਸੱਚੀਮੁੱਚੀ? ਹੁਣ ਗੁਰੂ ਸਾਹਿਬ ਦਾ ਸਾਡੀ ਜੋ ਹਿਸਟਰੀ ਦੱਸ ਰਹੀ ਵੀ ਉਹ ਇੱਦਾਂ ਦੀ ਗੱਲ ਕਰ ਰਹੀ, ਅਨੇਕਤਾ ਦੇ ਵਿੱਚ ਏਕਤਾ ਨੂੰ ਦੇਖਣਾ। ਏਕਤਾ ਹੁੰਦਾ ਯੂਨਿਟੀ, ਦਿਸ ਡਿਫਰੈਂਸ ਇਨ ਯੂਨਿਟੀ ਐਂਡ ਯੂਨੀਫੋਰਮਿਟੀ। ਅਸੀਂ ਚਾਹੁੰਦੇ ਹਾਂ ਯੂਨੀਫੋਰਮਿਟੀ ਵਿੱਚ ਇਜ਼ ਗੋਇੰਗ ਅਗੇਂਸਟ ਨੇਚਰ, ਕਿਉਂਕਿ ਜਿਹੜੀ ਡਾਇਵਰਸਿਟੀ ਆ ਨਾ ਉਹ ਨੇਚਰ ਦਾ ਪਾਰਟ ਆ, ਇਟਸ ਪਾਰਟ ਆਫ ਨੇਚਰ, ਦੈਟਸ ਹਾਊ ਨੇਚਰ ਵਰਕਸ ਐਂਡ ਦੈਟਸ ਹਾਊ ਵਾਹਿਗੁਰੂ ਗੋਡ ਵਰਕਸ। ਇਹ ਡਾਇਵਰਸਿਟੀ ਮੇਰੀ ਤੁਹਾਡੀ ਨਹੀਂ ਕ੍ਰੀਏਟ ਕੀਤੀ ਹੋਈ। ਸੋ ਉਸ ਡਾਇਵਰਸਿਟੀ ਦੇ ਵਿੱਚ ਯੂਨੀਫੋਰਮਿਟੀ ਲਿਆਉਣ ਦੀ ਕੋਸ਼ਿਸ਼ ਕਰਨੀ ਜਾਂ ਸੋਚਣਾ, ਦਿਸ ਇਜ਼ ਗੋਇੰਗ ਅਗੇਂਸਟ ਗੋਡ ਔਰ ਦੀ ਨੇਚਰ, ਉਹਨੂੰ ਐਕਸੈਪਟ ਕਰਕੇ ਹਾਂ ਉਹਦੇ ਵਿੱਚ ਯੂਨਿਟੀ ਆ ਸਕਦੀ ਹੈ ਕਿ ਡਿਫਰੈਂਟ ਕਲਚਰਸ, ਡਿਫਰੈਂਟ ਓਪੀਨੀਅਨਸ, ਡਿਫਰੈਂਟ ਆਈਡੀਓਲੋਜੀਜ਼, ਡਿਫਰੈਂਟ ਥੋਟਸ, ਸਟਿਲ ਵੀ ਆਰ ਯੂਨਾਈਟਿਡ, ਵੀ ਆਰ ਵਨ, ਬਿਕੋਜ਼ ਵੀ ਆਰ ਕ੍ਰੀਏਸ਼ਨ ਆਫ ਵਨ ਗੋਡ। ਇੱਕ ਹੋਰ ਸ਼ਬਦ ਇਹਦੇ 'ਚ ਆਉਂਦਾ, ਆਪਾਂ ਸੁਣਿਆ ਹੋਣਾ ਤੁਸੀਂ, ਯੂ ਨੋ, ਦੈਟ ਕੈਨ ਬੀ ਸੈਡ ਲਾਈਕ ਐਗਰੀਮੈਂਟ ਇਨ ਡਿਸਐਗਰੀਮੈਂਟ। ਇਹ ਯਾਦ ਸਿੱਖਣੀ ਚਾਹੀਦੀ ਸਾਨੂੰ, ਇਹ ਟੋਲਰੈਂਸ ਦਾ ਪਾਰਟ ਕਿ ਡਿਸਐਗਰੀਮੈਂਟਸ ਹੋਣਗੇ, ਇਹ ਵੀ ਇੱਕ ਸਾਨੂੰ ਮੰਨ ਕੇ ਚੱਲਣਾ ਚਾਹੀਦਾ ਵੀ ਉਹ ਤਾਂ ਰਹਿਣੇ ਹੀ ਰਹਿਣੇ।
ਆ ਵੇਖੋ ਹੁਣ ਚੇਅਰਮੈਨ ਸਾਹਿਬ ਬੈਠੇ ਨੇ, ਅਸੀਂ ਬੈਠੇ ਹੋਏ ਹਾਂ, ਹੈ ਨਾ, ਮੈਂ ਬੈਠਾ ਹੋਇਆ ਇੱਥੇ, ਮੇਰੇ ਖਿਆਲ ਪਿਛਲੇ 9-10 ਸਾਲਾਂ ਤੋਂ ਵੀ ਆਰ ਇਨ ਕਲੋਜ਼ ਰਿਲੇਸ਼ਨਸ਼ਿਪ, ਜਦੋਂ ਆਉਂਦੇ ਹਾਂ ਬੜੀ ਮਿਹਰਬਾਨੀ ਇਹਨਾਂ ਦੀ, ਜ਼ਰੂਰ ਸਾਨੂੰ ਬੁਲਾ ਕੇ ਵੀ ਇੱਥੇ ਤੁਸੀਂ ਆਓ, ਲੈਕਚਰ ਅਸੀਂ ਕਰੀਏ, ਜਸਟ ਇਗਜ਼ੈਂਪਲ ਕਰ ਰਹੇ ਹਾਂ, ਪਰ ਇਹਦਾ ਮਤਲਬ ਇਹ ਨਹੀਂ, ਬੜੇ ਬਹੁਤ ਵੱਡੇ ਥਿੰਕਰ ਨੇ, ਰੀਡਰ ਨੇ ਬੜੇ ਅੱਛੇ, ਇਹਦੇ ਬਾਵਜੂਦ ਕਈ ਐਸੇ ਪਹਿਲੂ ਨੇ ਜਿੱਥੇ ਸਾਡੀ ਵਿਚਾਰਧਾਰਾ ਡਿਸਐਗਰੀਮੈਂਟ ਕਰ ਜਾਂਦੇ, ਯੂ ਨੋ, ਬਟ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਹੁਣ ਉਹਦੇ ਵੀ ਉਹਨੂੰ ਆਖੀਏ ਵੀ ਨਹੀਂ, ਸੋ ਯੂ ਨੋ ਦਿਸ ਇਜ਼ ਅ ਵੈਰੀ, ਬਿਕੋਜ਼ ਆਈ ਲੁੱਕ ਐਟ ਦੈਟ, ਦਿਸ ਇਜ਼ ਵੈਰੀ ਨੈਚੁਰਲ, ਇਹ ਨੇਚਰ ਦੀ ਰਿਕੁਆਇਰਮੈਂਟ ਹੈ, ਕਿਉਂਕਿ ਜੇ ਡਿਸਐਗਰੀਮੈਂਟ ਹੋਵੇ ਡਾਇਵਰਸਿਟੀ ਦੇ ਵਿੱਚੋਂ ਹੀ ਨੇਚਰ ਡਿਵੈਲਪ ਕਰਦਾ, ਜੇ ਡਾਇਵਰਸਿਟੀ ਖਤਮ ਹੋ ਜੂ ਤਾਂ ਡਿਵੈਲਪਮੈਂਟ ਰੁਕ ਜੂ ਉੱਥੇ ਹੀ, ਸੋ ਪਾਰਟ ਆਫ ਨੇਚਰ ਆ, ਘਰਾਂ ਵਿੱਚ ਵੀ ਦੂਜੇ ਭਰਾ ਦਾ, ਭੈਣ ਦਾ ਇੰਟਰਸਟ, ਓਪੀਨੀਅਨ, ਇਹ ਸਾਰਾ ਕੁਝ ਡਿਫਰੈਂਟ ਹੋ ਸਕਦਾ, ਲੈਟ ਇਟ ਬੀ, ਉਹਨੂੰ ਉਸੇ ਤਰ੍ਹਾਂ ਸੈਲੀਬ੍ਰੇਟ ਕਰੋ, ਉਹਨੂੰ ਉਸੇ ਤਰ੍ਹਾਂ ਐਕਸੈਪਟ ਕਰੋ, ਥੋੜ੍ਹੇ ਜਿਹੇ ਖੁੱਲ੍ਹੇ ਦਿਲ ਵਾਲੇ ਹੋ ਜਾਓ, ਯੂ ਨੋ, ਔਨ ਦ ਸਕਾਈ ਇਜ਼ ਨੋਟ ਗੋਇੰਗ ਟੂ ਫਾਲ, ਦ ਵਰਲਡ ਇਜ਼ ਨੋਟ ਗੋਇੰਗ ਟੂ ਐਂਡ, ਇਹ ਸਾਡੀ ਹਉਮੇ ਕਹਿ ਰਹੀ ਵੀ ਨਹੀਂ 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 ਇੱਦਾਂ ਹੋ ਜਾਏਗਾ, ਇਹ ਹਉਮੇ ਦੀ ਨਿਸ਼ਾਨੀ ਹੈ ਉਹਦਾ, ਇਹ ਹੈਗਾ ਜਿਹੜਾ, ਯੂ ਨੋ, ਸੋ ਸੁਖਮਨੀ ਸਾਹਿਬ ਦੀ ਗੱਲ ਕਰ ਰਹੇ, ਹੁਣ ਉੱਥੇ ਇੱਕ ਪੰਕਤੀ ਆਉਂਦੀ ਬੜੀ ਖੂਬਸੂਰਤ, ਵੀ ਜਿੰਨਾ ਚਿਰ ਤੁਸੀਂ ਮਨ ਵਿੱਚ ਕਿਸੇ ਦੂਜੇ ਲਈ ਹੇਟਰੇਡ, ਨਫ਼ਰਤ ਇੱਦਾਂ ਦੀ ਭਾਵਨਾ ਪੈਦਾ ਕਰੋਗੇ, ਇੱਥੇ ਸ਼ਾਂਤੀ ਕਦੇ ਨਹੀਂ ਆ ਸਕਦੀ। ਪੰਕਤੀ ਹੈ 11ਵੀਂ ਅਸ਼ਪਦੀ ਵਿੱਚੋਂ, ਜਬ ਧਾਰੈ ਕੋ ਬੈਰੀ ਮੀਤ, ਜਿੰਨਾ ਚਿਰ ਵਿੱਚ ਮਨ ਵਿੱਚ ਕਿਸੇ ਨੂੰ ਆਪਣਾ ਮੀਤ ਸਮਝਿਆ, ਕਿਸੇ ਨੂੰ ਵੈਰੀ ਸਮਝਿਆ ਹੋਇਆ, ਭਾਵੇਂ ਐਜ਼ ਏ ਕਮਿਊਨਿਟੀ ਲੈਵਲ 'ਤੇ ਜਾਂ ਪਰਸਨਲ ਲੈਵਲ 'ਤੇ, ਤਬ ਲਗ ਨਿਸ਼ਚਲ ਨਾਹੀਂ ਚੀਤ, ਹੁਣ ਇਹ ਇਟਰਨਲ ਟਰੁੱਥ ਹੈ ਗੁਰਬਾਣੀ ਦਾ, ਜਿੰਨਾ ਚਿਰ ਤੱਕ ਮਨ ਵਿੱਚ ਇਹੋ ਜਿਹੇ ਭਾਵ ਚੱਲ ਰਹੇ ਨੇ, ਭਾਵਨਾ ਬਣੀ ਹੋਈ ਹੈ, ਡਿਫਰੈਂਸਿਸ ਬਣੇ ਹੋਏ ਨੇ, ਇਹ ਮਨ ਨਿਸ਼ਚਲ ਕਦੀ ਹੋ ਨਹੀਂ ਸਕਦਾ, ਸ਼ਾਂਤੀ ਨਹੀਂ ਆ ਸਕਦੀ ਉੱਥੇ। ਸੋ ਆਈ ਮੀਨ ਦਿਸ ਇਜ਼ ਹਾਊ ਯੂ ਲੁੱਕ ਐਟ, ਇੱਕ ਹੋਰ ਬੜੀ ਖੂਬਸੂਰਤ ਪੰਕਤੀ ਹੈ, ਜਿਸ ਆਤਮ ਤੱਤ ਨਾ ਚਿੰਨ੍ਹੇ ਆ, ਆਤਮ ਤੱਤ ਕੀ ਹੈ, ਦੀ ਅਲਟੀਮੇਟ ਐਸੈਂਸ, ਇਹ ਜੋ ਹੁਣੇ ਆਪਾਂ ਪੜ੍ਹਿਆ ਵੀ ਇਹ ਇੱਕੇ ਮਿੱਟੀ ਤੋਂ ਬਣੇ ਹੋ ਸਾਰੇ ਤੁਸੀਂ, ਇਹ ਕੁਦਰਤ ਦੀ ਕ੍ਰੀਏਸ਼ਨ ਹੈ, ਕੁਦਰਤ ਨੇ ਬਣਾਇਆ ਸਾਨੂੰ ਇਸ ਤਰ੍ਹਾਂ ਵੱਖਰੇ ਵੱਖਰੇ ਡਿਫਰੈਂਟ, ਇਹ ਆਤਮ ਤੱਤ ਹੈ, ਉਹਦੇ ਜਿੰਨਾ ਚਿਰ ਇਹ ਨਹੀਂ ਨਾ ਸਮਝ ਆਇਆ, ਸਭ ਫੋਕਟ ਧਰਮ ਅਭੀਨੇ ਆ, ਉਹਨਾਂ ਚਿਰ ਸਭ ਧਰਮ ਤੁਰਮ ਫੋਕਟ ਹੀ ਨੇ, ਕਿਉਂਕਿ ਅਸਲੀ ਦੀ ਗੱਲ ਇਹੋ ਹੀ ਸਮਝ ਆਵੇ ਵੀ ਇੱਕ ਕ੍ਰੀਏਟਰ ਆ, ਇੱਕ ਸੋਰਸ ਆ, ਅਤੇ ਅਸੀਂ ਸਾਰੇ ਉਹਦੇ ਵਿੱਚੋਂ ਪੈਦਾ ਹੋਏ ਹਾਂ। ਇੱਕ ਹੋਰ ਬੜੀ ਖੂਬਸੂਰਤ ਪੰਕਤੀ ਕਹਿੰਦੇ ਨੇ, ਜੋ ਸੋ ਜਾਗੈ ਜੋ ਤੱਤ ਵਿਚਾਰ ਹੈ, ਤੱਤ ਵੀ ਉਹਨੂੰ ਜਾਂਦੇ ਨੇ, ਅਲਟੀਮੇਟ ਐਸੈਂਸ, ਤੱਤ ਦੀ ਵਿਚਾਰ ਕਰੇ ਉਹ ਫਿਰ ਜਾਗ ਜਾਂਦਾ ਹੈ, ਅਤੇ ਜਿਹੜਾ ਫਿਰ ਜਾਗ ਜਾਂਦਾ ਹੈ ਨਾ, ਉੱਥੇ ਟੋਲਰੈਂਸ ਦੀ ਵੇਖੋ ਆਈ ਸ਼ੁੱਡ ਸੇ ਯੂ ਨੋ ਅਲਟੀਮੇਟ ਚੀਜ਼ ਲਿਖੀ ਹੋਈ ਹੈ, ਉਹ ਫਿਰ ਆਪ ਮਰੈ ਅਵਰਾ ਨਾ ਮਾਰੈ, ਸੇਵਾ ਦੀ ਗੱਲ ਕਰ ਰਹੇ ਸੀ ਨਾ, ਆਪ ਗਵਾਏ ਸੇਵਾ ਕਰ, ਉਹ ਫਿਰ ਆਪਣੇ ਅੰਦਰ ਦੇਖਦਾ ਹੈ, ਆਪਣੇ ਆਪ ਨੂੰ ਨੀਵਾਂ ਕਰਦਾ ਹੈ, ਆਪਣੇ ਆਪ ਹਿਊਮਿਲਿਟੀ 'ਚ ਆਉਂਦਾ ਹੈ, ਉਹ ਫਿਰ ਐਕਸੈਪਟੈਂਸ ਵਿੱਚ ਆ ਜਾਂਦਾ ਹੈ, ਉਹ ਫਿਰ ਡਿਸਐਗਰੀਮੈਂਟ ਵਿੱਚ ਵੀ ਐਗਰੀਮੈਂਟ ਲੈ ਆਉਂਦਾ ਹੈ, ਕਿਉਂਕਿ ਉਹਨੂੰ ਸਮਝ ਲੱਗ ਗਈ ਵੀ ਇਹ ਤਾਂ ਪਾਰਟ ਆਫ ਨੇਚਰ ਆ, ਇਹ ਤਾਂ ਪਾਰਟ ਆਫ ਕ੍ਰੀਏਸ਼ਨ ਆ, ਇਹ ਕੋਈ ਐਸੀ ਚੀਜ਼ ਨਹੀਂ ਵੀ ਜਿਹੜੀ ਕੋਈ ਬਿਲਕੁਲ ਅਨਹੋਣੀ ਚੀਜ਼ ਹੈ, ਨਹੀਂ, ਇਸ ਗੋਡਸ ਕ੍ਰੀਏਸ਼ਨ ਆ, ਉਹਦੀ ਹੁਕਮ ਰਜ਼ਾਈ ਵਿੱਚ ਚੱਲਣ ਵਾਲੀ ਗੱਲ ਆ। ਇੱਕ ਹੋਰ ਬੜੀ ਖੂਬਸੂਰਤ ਲਿਖਦੇ ਨੇ ਉਹ, ਲੈਟ ਅਸ ਸੀ ਡਾਇਵਰਸਿਟੀ ਐਸ ਵੰਡਰਫੁਲਨੈਸ ਆਫ ਨੇਚਰ, ਡਾਇਵਰਸਿਟੀ ਨੂੰ ਅਸੀਂ ਲਾਈਕ ਨਹੀਂ ਨਾ ਕਰਦੇ, ਪਰ ਇਹ ਤਾਂ ਨੇਚਰ ਦੀ ਵੰਡਰਫੁਲਨੈਸ ਹੈ, ਨੇਚਰ ਦੀ ਇੱਕ ਪਲੇ ਹੈ, ਨੇਚਰ ਦਿਸ ਇਜ਼ ਹਾਊ ਨੇਚਰ ਵਰਕਸ, ਐਂਡ ਯੂਨੀਵਰਸਲ ਬ੍ਰਦਰਹੁੱਡ, ਇਹ ਸਿੱਖੀ ਨੇ, ਗੁਰਬਾਣੀ ਨੇ ਸਾਨੂੰ ਦਿੱਤਾ ਯੂਨੀਵਰਸਲ ਬ੍ਰਦਰਹੁੱਡ, ਅਤੇ ਦੂਜੇ ਪਾਸੇ ਯੂ ਨੋ ਯੂਨੀਵਰਸਲ ਵਨਨੈਸ ਆਫ ਲਾਈਫ, ਵੀ ਇਹ ਜੇ ਲਾਈਫ ਔਨ ਦਿਸ ਅਰਥ ਇਜ਼ ਵਨ, ਇਜ਼ ਯੂ ਨੋ ਸਿੰਪਲੀ ਯੂ ਨੋ ਵਨ। ਸੋ ਅੱਗੇ ਇੱਕ ਹੋਰ ਚੀਜ਼ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਬਹੁਤ ਖੂਬਸੂਰਤ, ਇਫ ਵੀ ਸਟ੍ਰਾਈਵ ਟੂ ਫੋਰਸ ਅਪੋਨ ਦੀ ਵਰਲਡ ਆਵਰ ਪਰਟੀਕੁਲਰ ਆਈਡੀਓਲੋਜੀ, ਰਾਈਟਸ ਔਰ ਸਿੰਬਲਸ ਔਰ ਐਨੀਥਿੰਗ, ਵੀ ਸ਼ੈਲ ਸਰਟਨਲੀ ਫੇਲ, ਇਹਦੇ ਸਕਸੈਸਫੁਲ ਨਹੀਂ ਹੋਵਾਂਗੇ ਆਪਾਂ, ਯਾਨੀ ਕਿ ਉਹਦੇ 'ਚੋਂ ਹੈਪੀਨੈਸ ਅਤੇ ਉਹਦੇ ਰਿਜ਼ਲਟਸ ਚੰਗੇ ਕਦੀ ਨਹੀਂ ਨਿਕਲਣਗੇ, ਕਿਉਂਕਿ ਦਿਸ ਇਜ਼ ਗੋਇੰਗ ਅਗੇਂਸਟ ਸਮਥਿੰਗ ਵਿਚ ਕੈਨੋਟ ਹੈਪਨ। ਇਹ ਤੁਸੀਂ ਜਿਵੇਂ ਆਉਂਦੇ ਨਾ ਵੀ ਕੰਧ ਦੇ ਨਾਲ ਸਿਰ ਮਾਰਨ ਵਾਲੀ ਗੱਲ, ਫਲੋ ਦੇ ਅਗੇਂਸਟ ਜਾਣ ਵਾਲੀ, ਨੇਚਰ ਦੇ ਅਗੇਂਸਟ ਜਾਣ ਵਾਲੀ ਗੱਲ ਹੈ। ਲਾਸਟਲੀ ਹੀ ਸੇਜ ਦੀ ਗੁਰਬਾਣੀ ਦੀ ਮੈਂ ਪੰਕਤੀ ਤੁਹਾਡੇ ਨਾਲ ਸ਼ੇਅਰ ਕਰਕੇ ਸਮਾਪਤੀ ਕਰਦਾ ਜੀ, ਟਾਈਮ ਹੋ ਗਿਆ ਜੀ। ਵੈਰੀ ਬਿਊਟੀਫੁਲ, ਵੀ ਇੱਕ ਧਾਰਮਿਕ ਬੰਦਾ ਜਿਹੜਾ, ਕਿਉਂਕਿ ਟੋਲਰੈਂਸ ਦੀ ਗੱਲ ਹੋ ਰਹੀ, ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ, ਪੇਜ ਨੰਬਰ ਨੇ 1245, ਬਹੁਤ ਹੀ ਖੂਬਸੂਰਤ, ਯਾਨੀ ਸਿੰਬਲਸ ਨੂੰ ਲੈ ਕੇ, ਵਰਸ਼ਿਪ ਦੀਆਂ ਚੀਜ਼ਾਂ ਨੂੰ ਲੈ ਕੇ ਅਤੇ ਵਰਚੂ ਨੂੰ ਉਹਦੇ ਨਾਲ ਕੰਪੇਅਰ ਕਰਕੇ ਲਿਖਦੇ ਨੇ, ਸੱਚ ਵਰਤ ਸੰਤੋਖ ਤੀਰਥ, ਵਰਤ ਕੀ ਹੋਵੇ, ਸੱਚ ਵਰਤ ਸੰਤੋਖ ਤੀਰਥ, ਗਿਆਨ ਧਿਆਨ ਇਸ਼ਨਾਨ, ਦਇਆ ਦੇਵਤਾ ਖਿਮਾ ਜਪ ਮਾਲੀ, ਅਤੇ ਮਾਨਸ ਪ੍ਰਧਾਨ।
ਧਾਰਮਿਕ ਬਣਨਾ ਨਾ, ਚੰਗੇ ਪ੍ਰਧਾਨ ਬਣਨਾ ਚਾਹੁੰਦੇ ਹੋ ਨਾ, ਸੁਪੀਰੀਅਰ ਬਣਨਾ ਚਾਹੁੰਦੇ ਹੋ, ਤਾਂ ਇੱਦਾਂ ਬਣੋ ਕਿ ਵਰਤ ਜਿਹੜਾ ਨਾ ਉਹਨੂੰ ਸੱਚ ਨੂੰ ਵਰਤ ਬਣਾ ਲਓ, ਕਿ ਮੈਂ ਸੱਚ ਦਾ ਵਰਤ ਰੱਖਿਆ ਹੋਇਆ ਜੀ, ਬੋਲਾਂਗਾ ਤਾਂ ਸੱਚ ਹੀ ਬੋਲਾਂਗਾ, ਝੂਠ ਨਹੀਂ ਬੋਲਾਂਗਾ। ਤੀਰਥ ਬਣਾਓ ਸੰਤੋਖ ਨੂੰ, ਫਗਿਵਨੈਸ, ਪੇਸ਼ੈਂਸ, ਐਂਡਿਓਰੈਂਸ, ਕੰਟੈਂਟਮੈਂਟ, ਅਤੇ ਗਿਆਨ ਧਿਆਨ ਨੂੰ ਇਸ਼ਨਾਨ ਬਣਾਓ, ਇਹਦੇ 'ਚ ਇਸ਼ਨਾਨ ਕਰੋ, ਮਨ ਦਾ ਇਸ਼ਨਾਨ। ਜਪਜੀ ਪੜ੍ਹਦੇ ਹਾਂ ਨਾ ਆਪਾਂ, ਸੁਣਿਆ ਮੰਨਿਆ ਅਤੇ ਕੀ ਹੋਇਆ ਫਿਰ, ਅੰਤਰਗਤ ਤੀਰਥ ਮਲਦਾ। ਜਿਹਨੇ ਗੁਰੂ ਦੀ ਗੱਲ ਸੁਣ ਲਈ ਅਤੇ ਮੰਨ ਲਈ ਨਾ, ਉਹਦੇ ਨਾਲ ਲਵ ਬਣਾ ਲਿਆ ਆਪਣਾ, ਉਹਨੇ ਅੰਦਰ ਹੀ ਨਹਾ ਲਿਆ ਸਮਝ ਲਓ, ਉਹਦੇ ਇਸ਼ਨਾਨ ਹੋ ਗਿਆ। ਤੁਹਾਡੇ ਗਿਆਨ ਧਿਆਨ ਨੂੰ ਇਸ਼ਨਾਨ ਬਣਾਓ। ਦੇਵਤਾ ਕਿਹਨੂੰ ਬਣਾਓ? ਦਇਆ ਦੇਵਤਾ, ਕੰਪੈਸ਼ਨ। ਹੁਣ ਜਿੱਥੇ ਕੰਪੈਸ਼ਨ ਹੈ ਉੱਥੇ ਟੋਲਰੈਂਸ ਆਟੋਮੈਟਿਕ ਆ ਜਾਊ। ਕੰਪੈਸ਼ਨ ਨੂੰ ਦੇਵਤਾ ਬਣਾਓ, ਖਿਮਾ ਨੂੰ ਜਪ ਮਾਲੀ, ਇਹ ਮਾਲਾ ਹੈ ਜਿਨ੍ਹਾਂ ਦੇ ਕੋਲ ਇਹ ਹੈ, ਅਤੇ ਮਾਨਸ ਪ੍ਰਧਾਨ। ਅਖੀਰ ਵਿੱਚ ਇੱਕ ਹੋਰ ਮੈਨੂੰ ਗੱਲ ਯਾਦ ਆਈ, ਸੇਵਾ ਦੇ ਨਾਲ ਕੰਸਰਨ ਸੀ, ਕਿ ਸੰਸਕ੍ਰਿਤ ਦੀ ਇੱਕ ਬੜੀ ਖੂਬਸੂਰਤ ਲਾਈਨਾਂ ਨੇ, ਉਹ ਲਿਖਦੇ, ਮਾਤਰ ਦੇਵੋ ਭਵ, ਪਿੱਤਰ ਦੇਵੋ ਭਵ, ਅਤਿਥੀ ਦੇਵੋ ਭਵ। ਦੇਵੋ ਮੀਨ ਦੇਵਤਾ, ਇਹ ਮਾਂ ਜਿਹੜੀ ਹੈ ਨਾ ਤੁਹਾਡੀ, ਇਹ ਧਰਤੀ 'ਤੇ ਦੇਵਤਾ ਹੈ, ਇਹ ਪਿਤਾ ਵੀ ਇੱਕ ਦੇਵਤਾ। ਦੇਵਤਾ ਮੀਨਸ ਵੀ ਅੰਡਰਸਟੈਂਡ ਯੂ ਨਾ, ਵੀ ਮਾਂ ਬਾਪ ਉਹ ਦੇਵਤੇ ਸਮਾਨ ਨੇ। ਇਹ ਲੋਕ ਜਿਹੜੇ ਨੇ, ਪਰਸੋਨੀਫਿਕੇਸ਼ਨ ਆਫ ਗੋਡ ਔਨ ਦਿਸ ਅਰਥ ਹੈ। ਇਹਨੂੰ ਇਸੇ ਤਰ੍ਹਾਂ ਐਕਸੈਪਟ ਕਰਕੇ, ਯੈਸ ਯੂ ਕੈਨ ਗੋ ਔਨ ਵਿਦ ਕੰਪੈਸ਼ਨ, ਵਿਦ ਲਵ, ਟੂ ਸੀਕ ਫਰਦਰ ਇੰਪਰੂਵਮੈਂਟ, ਬਿਲਡਿੰਗ ਇਟ ਬੈਟਰ, ਨੋਟ ਡਿਸਟਰੋਇੰਗ ਇਟ। ਪੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਧੰਨਵਾਦ ਡਾਕਟਰ ਸਾਹਿਬ। ਬੜਾ ਆਮ ਜ਼ਿੰਦਗੀ ਦੇ ਵਿੱਚ ਸਾਨੂੰ ਰੋਜ਼ ਇਹ ਵਾਲੀਆਂ ਜਿਹੜੀਆਂ ਸਹਿਨਸ਼ੀਲਤਾ ਦਾ ਇੱਕ ਗੱਲ ਅਸੀਂ ਕਰ ਰਹੇ ਸੀ, ਅਸੀਂ ਫੇਸ ਕਰਦੇ ਹਾਂ। ਈਰਖਾ ਅਤੇ ਹਿੰਸਾ ਇਨਸਾਨ ਦੇ ਸੁਭਾਅ ਨੂੰ ਵਿਗਾੜ ਦਿੰਦੀ ਹੈ। ਗੁਰੂ ਨਾਨਕ ਸਾਹਿਬ ਨੇ ਬੜਾ ਇੱਕ ਖੂਬਸੂਰਤ ਕੰਸੈਪਟ ਸਾਨੂੰ ਦਿੱਤਾ, ਜਦੋਂ ਘਰ ਘਰ ਧਰਮਸਾਲ ਦੀ ਗੱਲ ਕੀਤੀ। ਪਿੱਛੇ ਮੈਸੇਜ ਇਹ ਦੇਣਾ ਚਾਹੁੰਦੇ ਸੀ ਕਿ ਹੋਏ ਇਕੱਤਰ, ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਈ। ਗੁਰਦੁਆਰੇ ਜਿਹੜੇ ਨੇ ਇਹ ਬਣੇ ਸੀ, ਇਹਨਾਂ ਨੂੰ ਮੈਂ ਅਕਸਰ ਕਹਿੰਦਾ ਇਹ ਸਕੂਲ ਆਫ ਥੋਟ ਸੀ, ਸਪਿਰਚੁਅਲ ਕਾਲਜ ਸੀ ਸਾਡੇ। ਪਰ ਅਸੀਂ ਇਹ ਜਿਹੜੀ ਸਹਿਨਸ਼ੀਲਤਾ ਦੀ ਕਮੀ ਕਰਕੇ ਅਸੀਂ ਗੁਰਦੁਆਰਿਆਂ ਨੂੰ ਕੀ ਬਣਾ ਦਿੱਤਾ, ਕਿ ਗਲੀ ਗਲੀ ਗੁਰਦੁਆਰੇ ਨੇ ਔਰ ਗਲੀ ਗਲੀ ਡਿਵੀਜ਼ਨ ਸਾਡੇ ਵਿੱਚ ਹੋਇਆ। ਗੁਰਦੁਆਰੇ ਬਣੇ ਸੀ ਝਗੜੇ ਮਿਟਾਉਣ ਲਈ, ਦੁਬਿਧਾ ਦੂਰ ਕਰਨ ਲਈ, ਪਰ ਅੱਜ ਗੁਰਦੁਆਰੇ ਹੀ ਸਾਡੇ ਜਿਹੜੇ ਨੇ ਉਹ ਆਪਸੀ ਰੰਜਿਸ਼ਾਂ ਦੇ ਕਾਰਨ ਬਣ ਗਏ ਨੇ। ਬੜੀਆਂ ਇੰਗਲਿਸ਼ ਦੀਆਂ ਇੱਕ ਦੋ ਬੜੀਆਂ ਖੂਬਸੂਰਤ ਕੋਟੇਸ਼ਨਸ ਨੇ, ਉਹ ਕਹਿੰਦਾ ਕਿ ਦ ਰਿਜ਼ਲਟ ਆਫ ਐਂਗਰ ਇਜ਼ ਮੋਰ ਪੇਨਫੁਲ ਦੈਨ ਦ ਰੀਜ਼ਨ ਆਫ ਐਂਗਰ, ਕਿ ਜਿਹੜੀ ਜਿਹੜਾ ਗੁੱਸਾ ਜਾਂ ਜਿਹੜੀ ਵਾਇਲੈਂਸ ਹੈ, ਜਿਹੜਾ ਜਿਹੜੀ ਹਿੰਸਾ ਹੈ, ਇਸ ਦਾ ਜਿਹੜਾ ਰਿਜ਼ਲਟ ਹੈ ਇਹ ਜ਼ਿਆਦਾ ਖਤਰਨਾਕ ਹੈ ਜੇ ਗੁੱਸੇ ਦੇ ਕਾਰਨ ਨਾਲੋਂ। ਉਹ ਕਹਿੰਦੇ ਨਾ ਕਿ ਮੈਨ ਆਸ ਡੇ ਫਾਲਨ ਰੋਜ਼, ਇੱਕ ਗਿਰੇ ਹੋਏ ਫੁੱਲ ਨੂੰ ਇੱਕ ਬੰਦੇ ਨੇ ਪੁੱਛਿਆ ਸੀ ਕਿ ਡੋਂਟ ਯੂ ਗੈਟ ਹਰਟ ਵੈਨ ਪਲਕਡ, ਜਦੋਂ ਤੈਨੂੰ ਤੋੜਿਆ ਜਾਂਦਾ ਤੈਨੂੰ ਪੀੜ ਨਹੀਂ ਹੁੰਦੀ? ਉਹ ਕਹਿੰਦਾ ਨੋ, ਆਈ ਫੋਰਗੈਟ ਮਾਈ ਪੇਨ ਥਿੰਕਿੰਗ ਦੈਟ ਆਈ ਐਮ ਰੀਜ਼ਨ ਫਾਰ ਸਮਵਨ ਐਲਸ ਪਲੇਜ਼ਰ ਜਾਂ ਸਮਵਨ ਐਲਸ ਸਮਾਈਲ। ਤੋ ਇਹ ਜਿਹੜੀਆਂ ਕੁਛ ਗੱਲਾਂ ਸਾਨੂੰ ਬੜੀਆਂ ਜ਼ਰੂਰੀ ਨੇ, ਕਿ ਕ੍ਰੋਧ ਵਿੱਚ ਆਮ ਇਨਸਾਨ ਦੀ ਜਿਹੜੀ ਇਨਸਾਫ ਕਰਨ ਦੀ ਜਿਹੜੀ ਤਾਕਤ ਹੈ ਉਹ ਖਤਮ ਹੋ ਜਾਂਦੀ ਹੈ। ਟੂ ਅੰਡਰਸਟੈਂਡ ਹਿਊਮੈਨਿਟੀ ਯੂ ਵਿਲ ਹੈਵ ਟੂ ਅਡੋਪਟ ਸਹਿਨਸ਼ੀਲਤਾ, ਟੋਲਰੈਂਸ, ਯੂ ਵਿਲ ਹੈਵ ਟੂ ਸ਼ੈਡ ਵਾਇਲੈਂਸ। ਤੋ ਇਸ ਲਈ ਗੁਰਬਾਣੀ ਵਿੱਚ ਬੜੀਆਂ ਲਾਈਨਾਂ ਨੇ ਜਿਹੜੀਆਂ ਇਹਨਾਂ ਨੇ ਕਹੀਆਂ ਨੇ। ਇੱਕ ਬੜੀ ਖੂਬਸੂਰਤ ਲਾਈਨ ਹੈ, ਮਨ ਮਾਰੇ ਜੀਵਤ ਮਰ ਜਾਣ, ਜੇ ਆਪਣੀਆਂ ਮਨ ਦੀਆਂ ਜਿਹੜੀਆਂ ਖਾਹਿਸ਼ਾਂ ਤੁਸੀਂ ਮਾਰ ਲਓ ਤਾਂ ਫਿਰ ਜਿੰਦੇ ਜੀ ਤੁਹਾਨੂੰ ਜਿਹੜੀ ਮੌਤ ਦਾ ਜਿਹੜਾ ਸੀਕਰੇਟ ਹੈ ਕਿ ਉਹ ਪਤਾ ਲੱਗ ਜਾਏਗਾ। ਉਸ ਲਈ ਜ਼ਰੂਰੀ ਹੈ ਕਿ ਅਸੀਂ ਸੈਲਫ ਕੰਟਰੋਲ, ਸੈਲਫ ਡਿਸਿਪਲਨ, ਸੈਲਫ ਰਿਲਾਈਜ਼ਡ ਔਰ ਸੈਲਫ ਰਿਸਪੋਂਸੀਬਿਲਟੀ ਨੂੰ ਸਮਝੀਏ। ਔਰ ਜਿਹੜਾ ਸਹਿਨਸ਼ੀਲਤਾ ਵਾਲੀ ਗੱਲ ਹੈ, ਅਸੀਂ ਅਕਸਰ ਇੱਥੇ ਚਿੰਤਾ ਜ਼ਾਹਿਰ ਕਰਦੇ ਹਾਂ ਕਿ ਅੱਜ ਘਰਾਂ ਵਿੱਚ, ਸਾਡਾ ਇੱਕ ਲੈਕਚਰ ਅੱਗੇ ਆਏਗਾ ਕਿ ਜਿਹੜਾ ਘਰਾਂ ਵਿੱਚ ਕਲਾ ਹੈ ਉਸ ਨੂੰ ਅਸੀਂ ਗੁਰਮਤ ਨਾਲ ਜਾਂ ਗੁਰਬਾਣੀ ਨਾਲ ਕਿਸ ਤਰ੍ਹਾਂ ਕਰ ਸਕਦੇ ਹਾਂ। ਡਿਸਕੋਡ ਟੂ ਅਕੋਰਡ ਦੀ ਗੱਲ ਅਸੀਂ ਕਰਨੀ ਹੈ। ਤੋ ਅੱਜ ਸਹਿਨਸ਼ੀਲਤਾ ਦੀ ਗੱਲ ਹੈ ਕਿ ਬੱਚਿਆਂ ਨੂੰ, ਕੱਲ੍ਹ ਸਾਡਾ ਇਹ ਟੋਪਿਕ ਵੀ ਹੈ ਕਿ ਬੱਚਿਆਂ ਨੂੰ ਅਸੀਂ ਕਿਸ ਤਰ੍ਹਾਂ ਵੈਲਿਊ ਸਿਸਟਮ ਨਾਲ ਜੋੜਨਾ।
ਤੋ ਇਹ ਜਿਹੜੀ ਸਹਿਨਸ਼ੀਲਤਾ ਦੀ ਗੱਲ ਹੈ ਗੁਰਮਤਿ ਵਿੱਚ ਗੁਰਬਾਣੀ ਵਿੱਚ ਪੂਰਾ ਗੁਰੂ ਗ੍ਰੰਥ ਸਾਹਿਬ ਜਿਹੜੀ ਹੈ ਉਹ ਗੱਲ ਪਿਆਰ ਦੀ ਮੁਹੱਬਤ ਦੀ ਪ੍ਰੇਮ ਦੀ ਕਰਦੀ ਹੈ। ਸ਼ਾਇਦ ਮੈਂ ਇੱਥੇ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਹੋਵੇ ਕਿ ਇੱਕ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕਿਤਾਬ ਰਿਲੀਜ਼ ਹੋਈ ਅਤੇ ਉਹਦੇ ਰਿਵਿਊ ਵਿੱਚ ਉਸਨੇ ਲਿਖਿਆ ਕਿ ਇਹਦੇ ਜਿਹੜੇ ਪੂਰਾ ਗੁਰੂ ਗ੍ਰੰਥ ਸਾਹਿਬ ਹੈ ਇਹ ਪ੍ਰੇਮ ਦਾ ਪਿਆਰ ਦਾ ਇੱਕ ਸੋਮਾ ਹੈ, ਵੇ ਆਫ ਲਾਈਫ ਹੈ, ਤਾਂ ਕੀ ਕਾਰਨ ਹੈ ਇਹਦੇ ਕਸਟੋਡੀਅਨ ਇਤਨੇ ਵਾਇਲੈਂਟ ਕਿਉਂ ਹੁੰਦੇ ਨੇ। ਤਾਂ ਇਸ ਲਈ ਇਹ ਬੜੀਆਂ ਕੰਟਰਾਡਿਕਸ਼ਨ ਅਸੀਂ ਆਪ ਪੈਦਾ ਕਰਦੇ ਹਾਂ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਪਬਲਿਕਲੀ ਕਰਦੇ ਹਾਂ। ਤਾਂ ਮੈਂ ਇੱਥੇ ਇਸ ਕੋਰਸ ਦੇ ਵਿੱਚ ਅਸੀਂ ਇਤਨਾ ਹੀ ਇਹ ਮੈਸੇਜ ਦੇਣਾ ਚਾਹੁੰਦੇ ਸੀ ਕਿ ਕੌਮੀ ਤੌਰ ਦੇ ਉੱਤੇ ਸਾਨੂੰ ਆਪਣੇ ਆਪ 'ਤੇ ਜ਼ਰੂਰ ਰਿਸਟ੍ਰੇਨ ਰੱਖਣਾ ਚਾਹੀਦਾ, ਕਿਉਂਕਿ ਅੱਜ ਦੁਨੀਆ ਜਿਹੜੀ ਹੈ ਉਹ ਮੁੱਠੀ ਵਿੱਚ ਆ ਗਈ ਹੈ। ਤੁਸੀਂ ਜਿਹੜੀ ਗੱਲ ਇੱਥੇ ਕਰ ਰਹੇ ਹੋ ਉਹ ਪੂਰੇ ਵਰਲਡ ਦੇ ਵਿੱਚ ਅਗਲੇ ਹਫ਼ਤੇ ਚਲੀ ਜਾਣੀ ਹੈ ਜਦੋਂ ਇਹ ਯੂਟਿਊਬ 'ਤੇ ਚਲਾ ਜਾਣਾ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਕਰੀਏ। ਤਾਂ ਕੱਲ੍ਹ ਅਸੀਂ 11 ਵਜੇ ਫਿਰ ਇੱਥੇ ਮਿਲਾਂਗੇ ਬੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।